पहरेदार टीवी देख रहे सत्कारयोग दर्शक वीरों भैनों ते प्यारे बच्चों जसपाल सिंह हीरा वालों वाहिगुरु जी का खालसा वाहिगुरु जी की फतेह। लंबे अरसे बाद अज तुहाडे रूबरू होने का मौका मिलिया। ये प्रोग्राम मुद्दे की गल असी हमेशा तुहाडे नाल सांझी करदे आ रहे सी। तो ये जिहड़ी संसार दे विच महामारी फैली उस तो बाद कुछ देर दे लई ये प्रोग्राम है जिहड़ा ये असी तुहाडे तक नहीं पहुँचा सके, सो दे लई खिमा भी मंगदे हां। सो अज मेरे नाल प्रोग्राम दे विच हमेशा दी तरह सिख पंथ दे उगे चिंतक इतिहास दे डूंघे जाकर सरदार गुरप्रीत सिंह जी मड़ियाणी हाजिर ने। सो मड़ियाणी साहब जी आया नू वाहिगुरु जी का खालसा वाहिगुरु जी की फतेह। मड़ियाणी साहब भावें तो चलो करोना वायरस आ जिहड़ा हर पासे चाहे टीवी देख लो चाहे अखबार पढ़ लो चाहे जो भी मर्जी है चाहे सोशल मीडिया से चले जाओ वो चीक के चिथ चिथ के बोलिया जाता आ हो गया जी वह हो गया जी ये हो गया वो हो गया। सो संसार आ जिहड़ा वो इस महामारी की पकड़ चा ते दूसरा खौफ ते दहशत आ जिहड़ी वो लोड़ तो वध जिहड़ी पैदा की गई है चाहे वह मीडिया के राही पैदा की गई है चाहे वह सरकारां दे राही पैदा की गई है। अज जदों पंजाब दे विच जिहड़े पीड़ित ने उन्हां दी गिणती भी वध रही है परंतु उस दे बावजूद आ जिहड़ा वो लॉकडाउन दे विच इस तरह लगता भी लॉकडाउन खत्म ही हो गया सवेरे 7 बजे तो लैके आ जिहड़ा रात दे शाम दे 6 बजे तक दुकाना खोलण की भी आग्या दे दित्ती गई आ। ते साडे लोक ने जिहड़े वो इन्ने हले मतलब समझदार सूझवान जां बाहरले लोगों की तरह सियाणे नहीं हुए कि वो अपने आप जिहड़ी समाजिक शरीरक दूरी आ समाजिकता नहीं शरीरक दूरी आ उहनू बना के रखण जां जिहड़ी होर गल्लां ने उहनां दी पालना कर सकण। तुहानू की लगता कि आखिर नू सरकार दी ये मजबूरी बन गई जां ये भी किसी साजिश दे अधीन आ जिहड़ा इहो जिहे समें आ जिहड़ा लॉकडाउन आ जिहड़ा उहनू तकरीबन असल विच तां आपां कह सकदे हां भी समाप्त करता परंतु रसमी तौर ते आ जिहड़ा वह हाले लागू आ। तो जिहड़ी साजिश हुंदी आ किसे भी गल दी जी जिहड़ा साजिश करता हुंदा जी उहनू सारा पता हुंदा जी मैं की गल कहनी आ उहदा आ हो सकदा ओह हो सकदा बिल्कुल 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 उहने सारी आपदी ब्यों तो साजिश दी बनाई हुंदी आ जी ते जिहदे उह खिलाफ हो रही हुंदी आ जी उहनू कोई इलम नहीं हुंदा जी ते जिहड़ी ਕਿਸੇ ਵੀ ਤਰ੍ਹਾਂ ਦੀ ਕਦੋਂ ਵੀ ਕੋਈ ਸਾਜਿਸ਼ ਹੁੰਦੀ ਆ ਉਹਦਾ ਕਾਫੀ ਅਰਸੇ ਬਾਅਦ ਪਤਾ ਲੱਗ ਸਕਦਾ। ਅੱਜ ਆਪਾਂ ਉਹਦਾ ਅੰਦਾਜ਼ਾ ਲਾਈਏ ਵੀ ਆਹ ਹੋ ਸਕਦਾ ਹੋ ਸਕਦਾ ਜੀ ਉਹ ਕੋਈ ਬਹੁਤਾ ਸਟੇਕ ਹੋਣ ਦੀ ਸੰਭਾਵਨਾ ਨਹੀਂ ਹੈ ਜੀ। ਤੇ ਇੰਨਾ ਹੈ ਵੀ ਜਿਉਂ ਜਿਉਂ ਪਹਿਲਾਂ ਤਾਂ ਅਸੀਂ ਵੀ ਉਸ ਜ਼ਿਲ੍ਹੇ 'ਚ ਇੱਕ ਕਰੋਨਾ ਪੋਜ਼ੀਟਿਵ ਪਾਇਆ ਗਿਆ ਬੜੀ ਖਬਰ ਬਣਾਈ ਜਾਂਦੀ ਸੀ ਬਿਲਕੁਲ ਬਿਲਕੁਲ ਤੇ ਜਿਉਂ ਜਿਉਂ ਪੋਜ਼ੀਟਿਵ ਦੀ ਗਿਣਤੀ ਵੱਧਦੀ ਗਈ ਇਹ ਜਿਹੜੀਆਂ ਢਿੱਲ ਵੀ ਢਿੱਲੀ ਹੁੰਦੀ ਢਿੱਲ ਵੀ ਢਿੱਲੀ ਹੁੰਦੀ ਗਈ ਵੇਖੋ ਤੇ ਇਹਦਾ ਮਤਲਬ ਵੀ ਜੇ ਕੋਈ ਉਹ ਐਡਾ ਹੈ ਹੀ ਨਹੀਂ ਸੀ ਖਤਰਨਾਕ ਜੀ ਤਾਂ ਉਹਨੂੰ ਫਿਰ ਐਡਾ ਹੋਊਗਾ ਬਣਾਉਣ ਦੀ ਕੀ ਲੋੜ ਹੁਣ ਇੰਨੀਆਂ ਮੌਤਾਂ ਵੀ ਹੋ ਗਈਆਂ ਇੱਡੀ ਉਹਦੀ ਪੋਜ਼ੀਟਿਵ ਦੀ ਸ਼ਰ੍ਹਾਂ ਵੀ ਆ ਗਈ ਵੇਖੋ ਵੇਖੋ ਤਾਂ ਹੁਣ ਤਾਂ ਫਿਰ ਢਿੱਲ ਦੇਣ ਦਾ ਮਤਲਬ ਨਹੀਂ ਸੀ ਜੀ ਜਿਹੜੀਆਂ ਰੇਲਾਂ ਹੁਣ ਚਲਾਈਆਂ ਨੇ ਆ ਕੇ ਜੀ ਹੁਣ ਕੀ ਹੋ ਗਿਆ ਤੇ ਇਹਨੂੰ ਉਦੋਂ 2 ਦਿਨ ਦਿੱਤੇ ਜਾ ਸਕਦੇ ਵੀ ਜਿਹਨੇ ਦੋ ਦਿਨਾਂ 'ਚ ਆਪਾਂ ਆਪਣੀ ਥਾਂ ਪਹੁੰਚ ਆਪਣੀ ਥਾਂ ਪਹੁੰਚ ਜਾਓ ਕਹਿੰਦੇ ਜਿੱਥੇ ਬੈਠੇ ਹੋ ਬੈਠੇ ਰਹੋ ਜੀ ਇਹਦਾ ਮਤਲਬ ਵੀ ਹੁਣ ਜਾਂ ਤਾਂ ਇਹਨਾਂ ਨੂੰ ਜਿਹੜੇ ਸਾਇੰਸਦਾਨ ਨੇ ਜੀ ਉਹਨਾਂ ਨੂੰ ਨਹੀਂ ਸੀ ਪਤਾ ਜੀ ਜਾਂ ਉਹਨਾਂ ਦੇ ਮੰਨੇ ਨੇ ਇਹਨਾਂ ਦਾ ਕੋਈ ਆਪਦਾ ਪ੍ਰੋਗਰਾਮ ਸੀ ਮਨਸੂਬਾ ਕੀ ਸੀ ਜੀ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂ ਵੀ ਕਿਉਂ ਹੋਇਆ ਹਾਲਾਂਕਿ ਦੇਖੋ ਜਿੱਥੇ ਅਮਰੀਕਾ ਵਰਗੇ ਮੁਲਕਾਂ 'ਚ ਲੋਕਡਾਊਨ ਹੋਇਆ ਇੰਨੀਆਂ ਕਿਤੇ ਵੀ ਪਾਬੰਦੀਆਂ ਨਹੀਂ ਲੱਗੀਆਂ ਜਿੰਨੀਆਂ ਇੱਥੇ ਲਾਈਆਂ ਗਈਆਂ ਹਾਲਾਂਕਿ ਉੱਥੇ ਮੌਤਾਂ ਗਿਣਤੀ ਕਿਤੇ ਜ਼ਿਆਦਾ ਕਿਤੇ ਪੋਜ਼ੀਟਿਵ ਕਿਤੇ ਜ਼ਿਆਦਾ ਸੀ। ਵੀਰੇ ਸਾਹਿਬ ਇੱਕ ਗੱਲ ਆ ਜਿਹੜੀ ਉਹ ਸਾਡੇ ਸਾਹਮਣੇ ਜਿੱਥੋਂ ਗੱਲ ਚੱਲਦੀ ਸੀ ਕਿ ਚੀਨ ਤੋਂ ਚੱਲੀ ਹੈ ਗੱਲ ਜੇ ਚੀਨ ਮੌਤਾਂ ਜਿਹੜੀਆਂ ਉਹਨਾਂ ਨੂੰ ਰੋਕ ਸਕਦਾ ਵਾ ਪੋਜ਼ੀਟਿਵ ਦੀ ਗਿਣਤੀ ਨੂੰ ਰੋਕ ਸਕਦਾ ਅਤੇ ਆ ਅਮਰੀਕਾ ਅਤੇ ਰੂਸ ਵਰਗੇ ਜਿਹੜੇ ਬੜੇ ਉਹਦੇ ਮਤਲਬ ਮੁਕਾਬਲੇ ਦੇ ਦੇਸ਼ ਨੇ ਉਹ ਆ ਜਿਹੜੇ ਉਹ ਇਸ ਗੱਲ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਏ ਨੇ। ਆਖਿਰ ਨੂੰ ਇਹਦੇ ਪਿੱਛੇ ਵੀ ਕੋਈ ਕਾਰਨ ਆ ਕਿ ਇੱਕ ਪਾਸੇ ਚੀਨ ਆ ਜਿਹੜਾ ਉਹ ਕਾਬੂ ਪਵਾ ਗਿਆ ਜਿੱਥੇ ਲੋੜ ਸੀ ਉਹਨੇ ਉੱਥੇ ਹੀ ਖੜ੍ਹਾ ਕਰਤਾ
ਅਤੇ ਅਮਰੀਕਾ ਅਤੇ ਰੂਸ ਆ ਜਿਹੜੇ ਉਹ ਦਿਨੋਂ ਦਿਨ ਦਿਨੋਂ ਦਿਨ ਦਿਨੋਂ ਦਿਨ ਉਹਨਾਂ ਦੀ ਗਿਣਤੀ ਆ ਜਿਹੜੀ ਹੁਣ ਰੂਸ ਆ ਜਿਹੜਾ ਉਹ ਮੇਰਾ ਖਿਆਲ ਆ ਵੀ ਥੋੜ੍ਹੇ ਦਿਨਾਂ 'ਚ ਦੂਜੇ ਥਾਂ 'ਤੇ ਆ ਜੂਗਾ ਤੀਜੇ ਥਾਂ ਤੋਂ। ਸੋ ਉਹਨਾਂ ਦੇਸ਼ਾਂ ਦੇ ਵਿੱਚ ਇਹ ਗਿਣਤੀ ਆ ਜਿਹੜੀ ਇਹ ਵਧੀ ਜਾਂਦੀ ਆ। ਕਿਤੇ ਨਾ ਕਿਤੇ ਇਹ ਵੀ ਗੱਲ ਹੁੰਦੀ ਆ ਵੀ ਇਹ ਜਿਹੜੇ ਕਰੋਨਾ ਵਾਇਰਸ ਆ ਜਿਹੜੀ ਇਹਦੇ ਨਾਲ ਆ ਜਿਹੜੇ ਬਜ਼ੁਰਗ ਆ ਉਹ ਉਹਨਾਂ ਦਾ ਵਿਚਾਰਿਆਂ ਦਾ ਜਿਹੜਾ ਅਕਾਲ ਚਲਾਣਾ ਉਹ ਵੱਧ ਹੋ ਰਿਹਾ। ਸੋ ਦੁਨੀਆ 'ਚ ਜਿਹੜੇ ਬਜ਼ੁਰਗਾਂ ਦੀ ਗਿਣਤੀ ਵੱਧ ਗਈ ਆ, ਬਹੁਤ ਸਾਰੇ ਮੁਲਕ ਨੇ ਜਿਹੜੇ ਬੁੜਿਆਂ ਦੇ ਦੇਸ਼ ਬਣ ਗਏ ਨੇ, ਕਿਤੇ ਉਹੋ ਜਿਹੀ ਗੱਲ ਆ ਜਿਹੜੀ ਆਮ ਚੱਲਦੀ ਆ ਉਹ ਵੀ ਕਿਤੇ ਨਾ ਕਿਤੇ ਹੈਗੀ ਆ। ਜਿਵੇਂ ਜੀ ਇਲੈਕਸ਼ਨਾਂ ਦੇ ਰਿਜ਼ਲਟ ਆਉਂਦੇ ਆ ਜੀ, ਉਸੇ ਦਿਨ ਸਾਰੇ ਜਿਹੜੇ ਨਿਊਜ਼ ਚੈਨਲ ਆ ਉਹਦਾ ਅਨੈਲਿਸਿਸ ਕਰਦੇ ਜੀ, ਕਰਨਾ ਪੈਣਾ ਹੀ ਹੁੰਦਾ। ਹਾਂ ਬਿਲਕੁਲ ਬਿਲਕੁਲ। ਪਰ ਜਿਹੜਾ ਉਸ ਦਿਨ ਅਨੈਲਿਸਿਸ ਕਰਦੇ ਆ ਜੀ ਉਹ ਓਨਾ ਸਹੀ ਨਹੀਂ ਹੁੰਦਾ ਜਿੰਨਾ ਕਿ 10 ਦਿਨ ਬਾਅਦ ਅਤੇ ਮਹੀਨੇ ਬਾਅਦ ਹੁੰਦਾ ਜੀ, ਕਿਉਂਕਿ ਉਦੋਂ ਹੋਰ ਬੜੀਆਂ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ ਜਿਹੜੀ ਕਿ ਉਸ ਦਿਨ ਨਹੀਂ ਹੁੰਦੀ ਜੀ। ਉਹੀ ਹਾਲ ਇੱਥੇ ਆ ਜੀ ਵੀ ਇਹ ਤਾਂ ਹੋਇਆ ਹੀ ਪਹਿਲੀ ਵਾਰੀ ਹੈ ਆਪਣੀ ਜ਼ਿੰਦਗੀ 'ਚ, ਤਾਂ ਪਹਿਲੀ ਵਾਰੀ ਪਹਿਲੀ ਵਾਰ ਬੇ ਮਹਾਮਾਰੀ ਵਾਲੀ ਪਹਿਲੀ ਵਾਰੀ ਹੈ। ਇਹ ਜਿਹੜੇ ਆਪਣੇ ਅੰਦਾਜ਼ੇ ਜਾਂ ਕਿਆਫੇ ਨੇ ਜੀ, ਇਹ ਆਪਾਂ ਠੀਕ ਅੱਜ ਬੈਠੇ ਹਾਂ ਉਹ ਚੀਜ਼ ਸਾਹਮਣੇ ਆ, ਖਬਰ ਆਪਾਂ ਨੂੰ ਕਰਨੀ ਪੈਣੀ ਹੈ ਬਿਲਕੁਲ ਬਿਲਕੁਲ। ਪਰ ਇਹਦੇ ਜੋ ਅੱਜ ਆਪਾਂ ਅੰਦਾਜ਼ਾ ਲਾਵਾਂਗੇ ਅਤੇ ਕੁਛ ਠਹਿਰ ਕੇ ਲਾਈਏ ਜੀ, ਉਹ ਜ਼ਿਆਦਾ ਸਟੀਕ ਹੋ। ਠੀਕ ਹੈ। ਸੋ ਮਰਿਆਣੀ ਸਾਹਿਬ, ਇੱਕ ਆਪਾਂ ਇਹ ਤੋਂ ਥੋੜ੍ਹਾ ਜਿਹਾ ਹਟ ਕੇ ਕਿ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਹੁਣ ਰੇਲਾਂ ਖੋਲਤੀਆਂ, ਜੇ ਉਦੋਂ ਇਹ ਟਾਈਮ ਦੇ ਦਿੰਦੇ ਤਾਂ ਸ਼ਾਇਦ ਆਹ ਹਾਲਤ ਆ ਜਿਹੜੇ ਉਹ ਨਾ ਬਣਦੇ। ਜਿਹੜੇ ਭਈਏ ਨੇ ਹੁਣ ਇਹਨਾਂ ਰੇਲਾਂ 'ਚ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਜਾ ਰਹੇ ਨੇ, ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ, ਦੇਸ਼ ਤਾਂ ਬਣਿਆ ਹੋਇਆ ਸ਼ਬਦ ਆ। ਸੋ ਉਹਨਾਂ ਵੱਲੋਂ ਬਹੁਤ ਸਾਰੀਆਂ ਥਾਵਾਂ 'ਤੇ ਗੁਰੂ ਕੇ ਲੰਗਰ ਦੀ ਸ਼ਰੇਆਮ ਆ ਜਿਹੜੀ ਉਹ ਬੇਅਦਬੀ ਕੀਤੀ ਗਈ ਹੈ। ਸੋ ਇਹ ਜਿਹੜੀ ਨਫ਼ਰਤ, ਹਾਲਾਂਕਿ ਉਹਨਾਂ ਨੇ 1.5 ਮਹੀਨਾ ਜਿਹੜਾ ਉਹ ਗੁਰੂ ਕੇ ਲੰਗਰ ਛੱਕ ਕੇ ਹੀ ਆਪਣਾ ਗੁਜ਼ਾਰਾ ਕੀਤਾ, ਆਪਣਾ ਭੁੱਖਾ ਭੇਟ ਆ ਜਿਹੜਾ ਉਹ ਭਰਿਆ, ਪਰੰਤੂ ਜਾਣ ਵੇਲੇ ਜਿਹੜੀ ਉਹਨਾਂ ਨੇ ਇਹ ਨਫ਼ਰਤ ਦਿਖਾਈ ਆ ਗੁਰੂ ਘਰਾਂ ਦੇ ਲੰਗਰਾਂ ਦੀ, ਬੇਅਦਬੀ ਕੀਤੀ ਆ। ਸੋ ਇਸ ਨਫ਼ਰਤ ਨੂੰ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੇ ਮਨ 'ਚ ਭਰੀ ਗਈ ਗੱਲ ਆ, ਜਾਂ ਕੀ ਸਮਝਦੇ ਤੁਸੀਂ ਇਹਨੂੰ? ਦੇਖੋ ਜੀ, ਜਦੋਂ ਇਹ ਤਾਂ ਹੈ ਹੀ ਹੈ ਜੀ, ਇਹ ਜਿਹੜੀ ਕਾਓ ਬੈਲਟ ਆ ਜੀ, ਹਿੰਦੀ ਬੈਲਟ ਆ ਜੀ ਜੀ, ਉਹ ਮੰਨਦੀ ਹੈ ਵੀ ਸਾਡੇ ਕਲਚਰ ਤੋਂ ਇਲਾਵਾ ਕੋਈ ਹੋਰ ਇੱਥੇ ਵੱਖਰਾ ਕਲਚਰ ਹੋਣਾ ਸੀ, ਇਹਦਾ ਕੋਰ ਇਸ਼ੂ ਦਾ ਉਹ ਆ ਜੀ। ਹੁਣ ਜਦੋਂ ਇਹ ਭਈਏ ਇੱਥੇ ਆਉਣੇ ਸ਼ੁਰੂ ਹੋਏ ਆ ਜੀ, ਉਦੋਂ ਇਹ ਕਿਸਮ ਦੇ ਵਿਚਾਰੇ ਸੀਗੇ ਸਾਡੇ ਜੀ 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 ਬਿਲਕੁਲ ਬਿਲਕੁਲ। ਅਤੇ ਜਿਉਂ ਜਿਉਂ ਉਹ ਖੇਤੀ ਮਜ਼ਦੂਰ ਪਹਿਲਾਂ ਆਏ ਸਨ, ਅਤੇ ਮਜ਼ਦੂਰ ਦਾ ਬਾਅਦ 'ਚ ਆਏ ਬੜਾ ਬਾਅਦ 'ਚ ਆਏ ਬਿਲਕੁਲ। ਅਤੇ ਹੌਲੀ ਹੌਲੀ ਜਿਹੜੀ ਮਤਲਬ ਮੁਲਕ ਦੀ ਸਿਆਸਤ ਸੀ ਜੀ, ਉਹਦੇ 'ਚ ਇਹ ਅਹਿਮ ਸਥਾਨ ਰੱਖਣ ਲੱਗੇ ਜੀ। ਅਤੇ ਜੋ ਮੁਲਕ ਦੀ ਸਿਆਸਤ ਦਾ ਸਿੱਖਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਜੋ ਰਵੱਈਆ ਸੀ ਜੀ, ਉਹ ਇਹਨਾਂ ਦੇ ਮਨਾਂ 'ਚ ਵੀ ਆਉਣ ਲੱਗਿਆ। ਅਤੇ ਜਿਹੜੀ ਰੋਟੀ ਆ ਜੀ, ਲੰਗਰ ਛਕਾਏ ਇਹਨਾਂ ਨੂੰ, ਦੇਖੋ ਇੱਕ ਤਾਂ ਚੱਲ ਕੇ ਆਉਣਾ ਗੁਰਦੁਆਰੇ ਜੀ ਵੀ ਸਾਡੇ ਕੋਲ ਰੋਟੀ ਹੈ ਨਹੀਂ ਜੀ, ਉਹ ਗੱਲ ਕੁਛ ਹੋਰ ਆ। ਜਦੋਂ ਅਸੀਂ ਜ਼ਬਰਦਸਤੀ ਦੇਣ ਜਾਂਦੇ ਹਾਂ ਜੀ, ਅਤੇ ਫਿਰ ਅਸੀਂ ਕਹੀਏ ਸਾਡਾ ਸਾਨ ਨਹੀਂ ਮੰਨਦੇ ਜੀ, ਅਤੇ ਹੋ ਸਕਦਾ ਉਹ ਸਾਨ ਕਰਾਉਣਾ ਹੀ ਨਾ ਚਾਹੁੰਦੇ ਹੋਣ, ਆਪਾਂ ਜ਼ਬਰਦਸਤੀ ਉਹਨਾਂ ਦੇ ਸਾਨ ਕਰੀ ਗਏ ਜੀ। ਤਾਂ ਇਹ ਚੀਜ਼ ਆ, ਜਦੋਂ ਆਪਾਂ ਜਾ ਕੇ ਉਹਨਾਂ ਦੇ ਜਿਵੇਂ ਆਪਾਂ ਕਹੀਏ ਵੀ ਧੱਕੇ ਨਾਲ ਖੀਰ ਖੁਆਈ ਆ ਜੀ, ਤਾਂ ਉਦੋਂ ਕੋਈ ਉਸ ਚੀਜ਼ ਦੀ ਕਦਰ ਨਹੀਂ ਹੁੰਦੀ ਜੀ। ਨਹੀਂ, ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਭਈਏ ਨੇ ਜਿਹੜੇ ਉਹ ਪਹਿਲਾਂ ਖੇਤੀਬਾੜੀ ਦੀ ਸਾਡੀ ਨਿਰਭਰਤਾ ਉਹਨਾਂ 'ਤੇ ਬਣੀ, ਉਹ ਤੋਂ ਬਾਅਦ ਆ ਜਿਹੜੀ ਇਹ ਜਿਹੜੇ ਕਾਰਖਾਨੇਦਾਰ ਨੇ ਇਹਨਾਂ ਦੀ ਨਿਰਭਰਤਾ ਉਹਨਾਂ ਤੋਂ ਬਣੀ। ਸੋ ਅੱਜ ਜਿਹੜਾ ਭਈਏ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਹੜਦੰਗ ਮਚਾਉਂਦੇ ਨੇ, ਜਿਸ ਤਰ੍ਹਾਂ ਆਪਾਂ ਦੇਖਿਆ ਕਿ ਉਹਨਾਂ ਨੇ ਥਾਂ ਥਾਂ ਜੋ ਕੁਛ ਕੀਤਾ ਵਾ, ਉਸ ਦੇ ਬਾਵਜੂਦ ਪੁਲਿਸ ਮੂਕ ਦਰਸ਼ਕ ਬਣੀ ਰਹੀ ਆ, ਸਰਕਾਰ ਆ ਜਿਹੜੀ ਉਹਨੇ ਆਪਦੇ ਕੰਨ ਅੱਖਾਂ ਬੰਦ ਕਰੀ ਰੱਖੀਆਂ ਨੇ, ਕੀ ਤੁਹਾਨੂੰ ਵਾਕਈ ਤੁਹਾਨੂੰ ਵੀ ਇਹ ਲੱਗਦਾ ਕਿ ਭਈਆਂ ਨੂੰ ਹੁਣ ਇਹ ਗੱਲ ਹੋ ਗਈ ਕਿ ਸਾਡੇ ਤੋਂ ਬਿਨਾਂ ਪੰਜਾਬ ਕਾਹਦੇ ਜੁਗਾ? ਉਹ ਵੀ ਚਲੋ ਹੋ ਸਕਦੀ ਆ ਕਿਤੇ ਨਾ ਕਿਤੇ ਗੱਲ ਜੀ, ਪਰ ਆਮ ਤੌਰ 'ਤੇ ਇਹ ਬਹੁ ਗਿਣਤੀ ਦਾ ਹੀ ਅੰਗ ਨੇ ਜੀ, ਬਹੁ ਗਿਣਤੀ ਦੀ ਸੁਰ ਨਾਲ ਜੀ ਜੀ ਸੁਰ ਮਿਲਦੀ ਆ ਜੀ, ਅਤੇ ਜਿਹੜੀ ਬਹੁ ਗਿਣਤੀ ਜਦੋਂ ਕਿਤੇ ਘੱਟ ਗਿਣਤੀ ਵਾਲੇ ਥਾਂ 'ਚ ਜਾ ਕੇ ਹੜਦੰਗ ਮਚਾਉਂਦੀ ਆ ਜੀ, ਤਾਂ ਉੱਪਰੋਂ ਪਿੱਛੋਂ ਬਹੁ ਗਿਣਤੀ ਦਾ ਉਹਨੂੰ ਅਖਲਾਕੀ ਸਰ ਆਉਂਦਾ, ਥੱਪੜਾ ਹੁੰਦਾ, ਅਖਲਾਕੀ ਥੱਪੜਾ ਹੁੰਦਾ ਜੀ, ਅਤੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਤਾਂ ਕੁਛ ਵੀ ਕਰ ਲਈਏ ਜੀ। ਹੁਣ ਤੁਸੀਂ ਦੇਖੋ ਜੇ ਕਿਤੇ ਉਹਨਾਂ ਨੂੰ ਕੋਈ ਪ੍ਰੋਬਲਮ ਆ, ਰੋਟੀ ਨਹੀਂ ਮਿਲੀ ਜਾਂ ਕੋਈ ਰੇਲਾਂ ਨਹੀਂ ਮਿਲਦੀਆਂ ਜੀ, ਤਾਂ ਉਹ ਆ ਕੇ ਆਮ ਬੱਸਾਂ ਨੂੰ ਦੀ ਭੰਨ ਤੋੜ ਸ਼ੁਰੂ ਕਰ ਦਿੰਦੇ ਜੀ। ਹੁਣ ਆ ਗਿਆਸਪੁਰਾ ਚੌਂਕ 'ਚ ਇੱਧਰ ਭੰਡਾਰੀ ਵਾਲਾ ਹੋਇਆ, ਪਹਿਲਾਂ ਹੋਇਆ, ਅਤੇ
ਇਹ ਜਿਹੜੀ ਚੀਜ਼ ਹੈ ਜਿਵੇਂ ਉਹ ਮਤਲਬ ਹੁੰਦਾ ਨਾ ਵੀ ਬਹੁ ਗਿਣਤੀ ਦੀ ਹੋਊ ਮੈਂ ਜੀ ਉਹ ਮੈਂ ਸਮਝ ਸਕਦਾ ਵੀ ਉਹ ਹੋ ਸਕਦੀ ਹੈ। ਠੀਕ ਹੈ ਮਲਿਆਣੀ ਸਾਹਿਬ, ਪੰਜਾਬ ਦੇ ਵਿੱਚ ਜਿਹੜਾ ਇੱਕ ਹੋਰ ਮੁੱਦਾ ਬੜਾ ਭਖਿਆ ਹੋਇਆ ਅਤੇ ਖਾਸ ਕਰਕੇ ਮੈਂ ਸਮਝਦਾ ਕਿ ਬਹੁਤ ਚਿੰਤਾ ਦਾ ਵਿਸ਼ਾ ਵਾ ਉਹ ਕਿ ਜਿਹੜੇ ਪੰਜਾਬ ਦੇ ਮੰਤਰੀ ਨੇ, ਪੰਜਾਬ ਦਾ ਜਿਹੜਾ ਮੰਤਰੀ ਮੰਡਲ ਆ ਉਹਦੇ 'ਚ ਜੱਟ ਅਤੇ ਦਲਿਤ ਦੀ ਇੱਕ ਲਕੀਰ ਵੀ ਖਿੱਚੀ ਗਈ ਹੈ ਸਮਝ ਲਓ, ਅਤੇ ਉਹਦੇ ਵਿੱਚ ਲੜਾਈ ਵੀ ਹੋਈ ਆ ਜਿਹੜੀ ਉਹ ਸ਼ੁਰੂ ਹੋਈ ਆ ਜਿਹੜੀ ਉਹ ਵੀ ਸਮਝ ਲਓ। ਸੋ ਇਹ ਜਿਹੜੀ ਪੰਜਾਬ ਦੀ ਧਰਤੀ ਆ, ਗੁਰੂਆਂ ਦੀ ਧਰਤੀ ਆ, ਸਿੱਖੀ ਦੀ ਧਰਤੀ ਆ, ਇੱਥੇ ਜਾਤ ਪਾਤ ਨੂੰ ਲੈ ਕੇ ਅਤੇ ਫਿਰ ਇੱਕੋ ਹੀ ਪਾਰਟੀ 'ਚ ਇੱਕੋ ਹੀ ਪਾਰਟੀ ਦੇ ਵਜ਼ੀਰ ਨੇ, ਸੋ ਉੱਥੇ ਜਿਹੜਾ ਇਹ ਦਲਿਤ ਅਤੇ ਜੱਟ ਦਾ ਮਸਲਾ ਖੜ੍ਹਾ ਹੋਇਆ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੀ ਸਿਆਸਤ 'ਤੇ ਜਾਂ ਪੰਜਾਬ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਵਾ, ਸਮਾਜਿਕ ਭਾਈਚਾਰਾ ਵਾ, ਉਹਦੇ 'ਤੇ ਕੀ ਪ੍ਰਭਾਵ ਪਾਊਗਾ? ਉਹਦੇ 'ਤੇ ਪ੍ਰਭਾਵ ਇਹ ਆ ਵੀ ਇਸ ਘਟਨਾ ਨਾਲ ਨਹੀਂ ਪੈਂਦਾ ਹੈ ਜੀ, ਕਿਉਂਕਿ ਇਹ ਤਾਂ ਹਮੇਸ਼ਾ ਹੀ ਹੁੰਦਾ ਆ ਵੀ ਜਦੋਂ ਕਿਸੇ ਦੀ ਕੋਈ ਬੰਦਾ ਪ੍ਰੋਬਲਮ 'ਚ ਆ ਜਾਂ ਟਸਲ 'ਚ ਆ ਜੀ, ਉਹਨੂੰ ਜਿਹੜਾ ਐਂਗਲ ਸੂਟ ਕਰਦਾ ਜੀ ਉਹਨੇ ਉਹ ਫੜ ਲੈਣਾ ਜੀ। ਹੁਣ ਇੱਥੇ ਜਿਹੜੇ ਦਲਿਤ ਵਜ਼ੀਰ ਸੀ ਚਰਨਜੀਤ ਚੰਨੀ ਜੀ, ਅਤੇ ਉਹਦਾ ਟਕਰਾਅ ਹੋਇਆ ਚੀਫ ਸੈਕਟਰੀ ਨਾਲ ਜੀ, ਤਾਂ ਉਹਦੇ ਜਿਹੜੇ ਦੂਜੇ ਗੈਰ ਦਲਿਤ ਸੀਗੇ ਜੀ ਉਹ ਸਾਰੇ ਉਹਦੀ ਪਿੱਠ 'ਤੇ ਆਏ। ਨਹੀਂ ਪਰ ਗੈਰ ਦਲਿਤ ਦੇ ਮਨਪ੍ਰੀਤ ਬਾਦਲ ਨਾਲ ਵੀ ਹੋਇਆ ਉਹਦਾ ਟਕਰਾਅ। ਹਾਂ ਮਨਪ੍ਰੀਤ ਬਾਦਲ ਨਾਲ, ਚਲੋ ਮਨਪ੍ਰੀਤ ਬਾਦਲ ਨਾਲ ਵੀ ਹੋਇਆ, ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਕਰਕੇ ਨਹੀਂ ਹੋਇਆ, ਉਹ ਤਾਂ ਇਹ ਸੀਗਾ ਵੀ ਕੁੱਲ ਮਿਲਾ ਕੇ ਅਮਰਿੰਦਰ ਤਾਂ ਔਖੇ ਨੇ ਸਾਰੇ, ਪਿਛਲਾ ਕੋਰ ਇਸ਼ੂ ਤਾਂ ਉਹ ਆ। ਹੁਣ ਆਪਾਂ ਆ ਜਾਈਏ ਦਲਿਤ ਦੀ ਗੱਲ। ਉਹਨੂੰ ਇੱਕ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਚੀਫ ਮਿਨਿਸਟਰ ਦਾ ਸੁਨੇਹਾ ਲੈ ਕੇ ਪਹੁੰਚਦਾ ਜੀ ਵੀ ਤੂੰ ਇਹ ਠੰਡਾ ਹੋ ਜਾ, ਜੇ ਨਹੀਂ ਠੰਡਾ ਹੁੰਦਾ ਤਾਂ ਤੇਰੇ 'ਤੇ ਜਿਹੜਾ ਇੱਕ ਲੇਡੀ ਅਫਸਰ ਸੀ ਉਹਨੇ ਜਿਹੜੀ ਸ਼ਿਕਾਇਤ ਕੀਤੀ ਹੈ ਉਹ ਮੁੜ ਕੇ ਹਰੀ ਹੋ ਸਕਦੀ ਹੈ ਜੀ। ਤਾਂ ਕੁਦਰਤੀ ਹੈ ਵੀ ਉਹਦੇ ਮਨ 'ਚ ਵੀ ਆਇਆ ਹੋਣਾ ਜੀ ਵੀ ਮੈਨੂੰ ਦਲਿਤ ਹੋਣ ਕਰਕੇ ਧਮਕਾਇਆ ਜਾ ਰਿਹਾ, ਅਤੇ ਬਾਕੀ ਜਿੰਨੇ ਦਲਿਤ ਵਜ਼ੀਰ ਨੇ, MLA ਨੇ ਜਾਂ ਹੋਰ ਦਲਿਤ ਜਥੇਬੰਦੀਆਂ ਨੇ ਜੀ ਉਹਨਾਂ ਨੂੰ ਵੀ ਉਹ ਲੱਗਿਆ ਉਹ ਜੀ ਵੀ ਸਾਡੇ ਦਲਿਤ ਭਾਈ ਨੂੰ ਚਾਹੇ ਉਹ ਵਜ਼ੀਰ ਵੀ ਬਣ ਜਾਵੇ। ਉਹ ਉਹੀ ਗੱਲ ਹੋ ਗਈ ਨਾ, ਕਿਉਂਕਿ ਉੱਥੇ ਮਤਲਬ ਤਿੰਨ ਮੰਤਰੀ ਨੇ ਜਿਹੜੇ, ਜਿਹੜਾ ਆਪਣਾ ਸੁਖਜਿੰਦਰ ਰੰਧਾਵਾ ਵਾ, ਮਨਪ੍ਰੀਤ ਬਾਦਲ ਆ, ਅਤੇ ਤੀਜਾ ਇਹ ਚਰਨਜੀਤ ਚੰਨੀ ਆ। ਸੋ ਧਮਕਾਇਆ ਇਹਨੂੰ ਹੀ ਗਿਆ, ਇਕੱਲੇ ਧਮਕਾਇਆ ਇਹਨੂੰ ਗਿਆ। ਅਤੇ ਇਹ ਜਿਹੜੀ ਉਹਨੇ ਕਿਹਾ ਵੀ ਆ ਜੀ ਮੈਨੂੰ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ ਦਾ ਸਮਰਥਨ ਆਇਆ ਜੀ, ਅਤੇ ਇਹ ਇੱਕ ਤਾਂ ਹੁੰਦੀ ਆ ਸਹੀ ਗੱਲ, ਅਤੇ ਦੂਜਾ ਇਹ ਆ ਬੰਦਾ ਆਪਣਾ ਉਹ ਲੈਣ ਲੈਂਦਾ ਵੀ ਹੈ ਜਿੱਥੇ ਉਹਨੂੰ ਕੋਈ ਸਪੋਰਟ ਮਿਲ ਸਕਦੀ ਹੈ ਜੀ। ਅਤੇ ਮੈਨੂੰ ਐਡਾ ਵੱਡਾ ਹਾਲ ਦੀ ਘੜੀ ਤਾਂ ਨਹੀਂ ਲੱਗਦਾ ਵੀ ਇਹ ਕੋਈ ਦਲਿਤ ਅਤੇ ਨੌਨ ਦਲਿਤ ਦਾ ਪਾੜਾ ਪੈ ਸਕਦਾ ਪੰਜਾਬ 'ਚ ਇਹ ਜੀ। ਨਹੀਂ ਮਤਲਬ ਜਿਹੜੀ ਚਲੋ ਪਾੜੇ ਵਾਲੀ ਗੱਲ ਆ ਜਿਹੜੀ ਉਹ, ਕਿਉਂਕਿ ਲੋਕ ਸਮਝਦੇ ਆ ਕਿ ਰਾਜਨੀਤਿਕ ਲੋਕ ਨੇ, ਇਹਨਾਂ ਦਾ ਪਤਾ ਨਹੀਂ ਕਿੰਨਾ ਕੁ ਸੱਚ ਬੋਲਦੇ ਆ ਕਿੰਨਾ ਕੁ ਝੂਠ ਬੋਲਦੇ ਆ, ਇਹ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਾੜਾ ਵਾ ਉਹਦੀ ਪੈਣ ਦੀ ਸਾਨੂੰ ਸੰਭਾਵਨਾ ਨਹੀਂ। ਪ੍ਰੰਤੂ ਕਿਉਂਕਿ ਕਾਂਗਰਸ ਦੇ ਵਿੱਚ, ਕੈਬਨਿਟ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਾੜਾ ਪੈ ਜਾਣਾ, ਇਸ ਤਰ੍ਹਾਂ ਦੀ ਸਿੱਧੀ ਸਿੱਧੀ ਲੜਾਈ ਸ਼ੁਰੂ ਹੋ ਜਾਣੀ ਆ, ਸੋ ਇਹ ਇਹ ਇਹਨੂੰ ਤੁਸੀਂ ਪੰਜਾਬ ਦੀ ਜਿਹੜੀ ਕਾਂਗਰਸ ਦੀ ਸਿਆਸਤ ਨਾਲ ਕਿਵੇਂ ਜੋੜਦੇ ਹੋ? ਕਾਂਗਰਸ ਦੀ ਸਿਆਸਤ ਨਾਲ ਇਹ ਹੈ ਜੀ ਵੀ ਰਾਜੇ ਨੂੰ ਤਾਂ ਕੋਈ ਪਰਵਾਹ ਨਹੀਂ ਹੈ ਜੀ ਵੀ ਕਾਂਗਰਸ ਦਾ ਇਹ ਚੱਕਸ ਡਾਊਨ ਹੁੰਦਾ, ਸਰਕਾਰ ਦਾ ਡਾਊਨ ਹੁੰਦਾ ਜੀ, ਉਹ ਤਾਂ ਮਿੱਥੇ ਬੈਠਾ ਜੀ ਵੀ ਮੈਂ ਕਿਵੇਂ ਨਾ ਕਿਵੇਂ ਸੁਖਬੀਰ ਨੂੰ ਫਾਇਦਾ ਪਹੁੰਚਾਉਣਾ ਜੀ, ਕਾਂਗਰਸ ਦਾ ਅਕਸ ਡਾਊਨ ਹੋਵੇ, ਸਰਕਾਰ ਦਾ ਹੋਵੇ, ਜੇ ਸੁਖਬੀਰ ਨੂੰ ਫਾਇਦਾ ਹੁੰਦਾ ਤਾਂ ਹੋਣ ਦਿਓ ਜੀ। ਅਤੇ ਜਿਹੜੇ ਵਜ਼ੀਰ ਨੇ ਜੀ ਜਾਂ MLA ਨੇ ਉਹ ਇਹ ਸੋਚਦੇ ਆ ਵੀ ਰਾਜੇ ਦੇ ਰਹਿੰਦਿਆਂ ਜੀ ਜਿੰਨਾ ਚਿਰ ਇਹ ਰਹੂਗਾ ਨੁਕਸਾਨ ਆ ਸਾਨੂੰ, ਪੋਲੀਟੀਕਲ ਨੁਕਸਾਨ ਆ, ਜੇ ਅਸੀਂ ਕੱਲ੍ਹ ਨੂੰ ਵੋਟਾਂ ਜਾਣਾ ਤਾਂ ਸਾਨੂੰ ਇਹਦਾ ਨੁਕਸਾਨ ਹੋਣਾ ਜੀ, ਅਤੇ ਵੀ ਉਹ ਕਿਹੜਾ ਵੇਲਾ ਹੋਵੇ ਵੀ ਰਾਜੇ ਦੀ ਥਾਂ ਕੋਈ ਹੋਰ ਬੰਦਾ ਆਵੇ। ਬਿਲਕੁਲ, ਅਤੇ ਰਾਜੇ ਨੂੰ ਇਹ ਆ ਵੀ ਮੇਰਾ ਕੋਈ ਬਾਲ ਨਹੀਂ ਮੰਗਾ ਕਰ ਸਕਦਾ ਜੀ, ਬਾਦਲ ਕੇ ਮੇਰੇ ਹੱਕ 'ਚ ਨੇ, ਮੋਦੀ ਕੇ ਮੇਰੇ ਹੱਕ 'ਚ ਨੇ, ਬਿਲਕੁਲ ਜੇ MLA ਅੱਡ ਵੀ ਹੋ ਜਾਣਗੇ ਮੈਨੂੰ ਤਾਂ ਵੀ ਸਰਕਾਰ ਟੁੱਟਣੀ ਨਹੀਂ, ਟੁੱਟਣੀ ਨਹੀਂ ਮੇਰੀ, ਅਤੇ ਉਹਨੂੰ ਉਹ ਇਸ ਇਹ ਬੇਫਿਕਰੀ ਆ। ਪਰ ਕਾਂਗਰਸ ਨੂੰ ਜੀ ਇਹਦੇ 'ਤੇ ਫੌਰੀ ਐਕਸ਼ਨ ਲੈਣਾ ਹੀ ਪੈਣਾ ਜੀ, ਐਕਸ਼ਨ ਦਾ ਮਤਲਬ ਵੀ ਰਾਜੇ ਨੂੰ ਬਦਲਣਾ ਹੀ ਪੈਣਾ ਜੀ। ਅਤੇ ਇਹ ਵੀ ਹੋ ਸਕਦਾ ਕਾਂਗਰਸ ਨੂੰ ਇਸ ਵੇਲੇ ਇਹ ਡਰ ਹੋਵੇ ਵੀ ਜੇ ਅਸੀਂ ਆਰਡਰ ਕਰਤਾ ਜੀ ਰਾਜੇ ਨੂੰ ਵੀ ਤੂੰ ਅਸਤੀਫਾ ਦੇ
ਜੀ ਤੇ ਜੇ ਉਹ ਮੁੱਕਰ ਗਿਆ ਮੈਂ ਨਹੀਂ ਦਿੰਦਾ ਤੇ ਫਿਰ ਸਾਡੇ ਕੋਲ ਕੀ ਬਦਲਾ ਹਾਂ ਬਿਲਕੁਲ 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 ਫਿਰ ਜਿਹੜੀ ਉਹ ਜਿਹੜੀ ਆਪਾਂ ਕਹਿੰਦੇ ਹਾਂ ਵੀ ਪੱਜੀ ਹੋਣੀ ਹੈ ਭੰਡੀ ਹੋਣੀ ਆ ਉਹ ਤੋਂ ਵੀ ਵੱਧ ਹੋਣੀ ਆ ਜੀ ਤੇ ਹੁਣ ਜਿਹੜਾ 1.5 ਸਾਲ ਰਹਿ ਗਿਆ ਜੀ 1.5 ਸਾਲ ਕੀ ਸਾਲ ਹੀ ਰਹਿ ਗਿਆ ਬਿਲਕੁਲ ਬਿਲਕੁਲ ਹੁਣ ਇਹ ਤੋਂ ਬਾਅਦ ਤਾਂ ਫਿਰ ਬਦਲਣਾ ਕੋਈ ਫਾਇਦਾ ਵੀ ਨਹੀਂ ਉਹ ਤੋਂ ਬਾਅਦ ਤਾਂ ਕੋਈ ਫਾਇਦਾ ਨਹੀਂ ਬਣਿਆੜੀ ਸਾਹਿਬ ਇੱਕ ਬੀਤੇ ਦਿਨਾਂ ਦੇ ਵਿੱਚ ਘਟਨਾ ਵਾਪਰੀ ਹੈ ਲਗਾਤਾਰ ਉਹ ਚੱਲ ਵੀ ਰਹੀ ਹੈ ਪੰਜਾਬ ਦਾ ਜਿਹੜਾ ਸਾਬਕਾ DGP ਆ ਜਿਹਨੂੰ ਮਤਲਬ ਅਸੀਂ ਇਹ ਸਮਝਦੇ ਹਾਂ ਕਿ ਉਹ ਸਿੱਖ ਨੌਜਵਾਨਾਂ ਦਾ ਬਹੁਤ ਵੱਡਾ ਕਾਤਲ ਆ ਪੰਜਾਬ ਦਾ ਇੱਕ ਤਰ੍ਹਾਂ ਦਾ ਬੁੱਚੜ ਪੁਲਿਸ ਅਫਸਰ ਰਿਹਾ ਵਾ ਉਹਦੇ ਵਿਰੁੱਧ 29 ਸਾਲ ਬਾਅਦ ਇੱਕ ਕੇਸ ਹੈ ਜਿਹੜਾ ਉਹ ਖੁੱਲ੍ਹਿਆ ਸੀਗਾ ਕਿ ਉਸ ਵੇਲੇ ਦਾ ਇੱਕ IAS ਆ ਉਹਦਾ ਪੁੱਤਰ ਆ ਜਿਹੜਾ ਬਲਵੰਤ ਸਿੰਘ ਜਿਹੜਾ JEE ਸੀ ਖੁਦ ਉਸ ਵੇਲੇ ਉਹਨੂੰ ਚੱਕ ਕੇ ਥਾਣੇ 'ਚ ਲਿਆ ਕੇ ਕੁੱਟ ਕੁੱਟ ਕੇ ਮਾਰਤਾ ਸੀ ਉਹ ਕੇਸ 29 ਸਾਲ ਬਾਅਦ 1999 ਤੋਂ ਬਾਅਦ 29 ਸਾਲ ਬਾਅਦ ਉਹ ਕੇਸ ਖੁੱਲ੍ਹਿਆ ਉਸ ਕੇਸ ਦੇ ਵਿੱਚ ਮਤਲਬ ਉਹਦੀ ਅਗਾਊਂ ਜ਼ਮਾਨਤ ਹੋ ਗਈ ਸੋ ਇੱਕ ਪਾਸੇ ਤਾਂ ਸਰਕਾਰ ਆ ਜਿਹੜੀ ਉਹਦੇ ਵਿਰੁੱਧ ਕੇਸ ਖੋਲ੍ਹ ਰਹੀ ਆ ਦੂਜੇ ਪਾਸੇ ਉਹਦੀ ਅਗਾਊਂ ਜ਼ਮਾਨਤ ਹੋ ਰਹੀ ਆ ਉਹਦੀ ਅਗਾਊਂ ਜ਼ਮਾਨਤ ਤਾਂ ਹੋ ਰਹੀ ਆ ਕਿ ਸਰਕਾਰ ਆ ਜਿਹੜੀ ਉਹਦੀ ਜ਼ਮਾਨਤ ਨੂੰ ਰੋਕਣ ਦੇ ਲਈ ਪੂਰੀ ਤਿਆਰੀ ਦੇ ਨਾਲ ਕੇਸ ਨਹੀਂ ਲੜਦੀ ਸੋ ਇਹ ਜਿਹੜੀ ਮਤਲਬ ਕੈਪਟਨ ਸਰਕਾਰ ਦੀ ਇੱਕ ਦੋਗਲੀ ਨੀਤੀ ਹੈ ਇੱਕ ਬੁੱਚੜ ਪੁਲਿਸ ਅਫਸਰ ਦੇ ਹੱਕ 'ਚ ਵੀ ਆ ਅਤੇ ਉਹਦੇ ਵਿਰੋਧ 'ਚ ਵੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਇਹ ਦੇਖੋ ਇਹ ਪੁਲਿਸ ਵਾਲਿਆਂ ਦੇ ਬਿਲਕੁਲ ਹੱਕ 'ਚ ਜੀ ਅਮਰਿੰਦਰ ਸਿੰਘ ਦੇਖੋ ਚਾਹੇ ਉਹ ਸੈਣੀ ਨਾ ਉਹਦੀ ਨਿੱਜੀ ਵੀ ਹੋਵੇ ਜੀ ਪਰ ਉਹ ਜਦੋਂ ਉਹ ਲੈਣ ਆ ਜਾਂਦੀ ਹੈ ਨਾ ਸਟੇਟ ਵਾਲੀ ਉੱਥੇ ਪਰ ਖਿਲਾਫ਼ ਨਹੀਂ ਚੱਲਦਾ ਜੀ ਜੇ ਸੈਣੀ ਦੇ ਖਿਲਾਫ਼ ਕੋਈ ਇਹਨੇ ਕੱਢਣੀ ਵੀ ਹੁੰਦੀ ਕਿਹੜ ਜੀ ਤਾਂ ਬਹਿਬਲ ਕਲਾਂ ਵਾਲੇ ਮਾਮਲੇ 'ਚ ਬੜਾ ਸੋਹਣਾ ਮੌਕਾ ਸੀ ਉਹਨੂੰ ਪੁੱਛਦੇ ਵੀ ਤੇਰੇ ਅੰਡਰ ਕਮਾਂਡ ਆ ਹਾਂ ਗੋਲੀ ਕਿਵੇਂ ਚੱਲੀ ਹੈ ਜਾਂ ਤੂੰ ਦੱਸ ਵੀ ਤੈਨੂੰ ਕਿਹਨੇ ਆਰਡਰ ਕਰਿਆ ਤੇ ਨਹੀਂ ਤੂੰ ਜ਼ਿੰਮੇਵਾਰ ਹੈ ਜ਼ਿੰਮੇਵਾਰ ਹੈ ਸਿੱਧੀ ਉਹ ਗੱਲ ਸੀਗੀ ਬਿਲਕੁਲ ਕੋਈ ਜਾਂ ਬਾਦਲ ਕਿਹਾ ਤਾਂ ਨਾਂ ਲੈਂਦਾ ਤਾਂ ਜਾਂ ਕੇਸ ਪਾਉਂਦਾ ਦੇਖੋ ਬਿਲਕੁਲ ਬਿਲਕੁਲ ਪਰ ਇਹ ਅਮਰਿੰਦਰ ਸਿੰਘ ਉੱਥੇ ਵੀ ਜੀ ਦਿਖਾਤਾ ਵੀ ਮੈਂ ਤਾਂ ਪੁਲਿਸ ਵਾਲਿਆਂ ਦੇ ਨਾਲ ਹਾਂ ਜੀ ਪੁਲਿਸ ਵਾਲਿਆਂ ਦੇ ਖਿਲਾਫ਼ ਇਹ ਬਿਲਕੁਲ ਨਹੀਂ ਚੱਲ ਸਕਦਾ ਫਿਰ ਇਹ ਕੀ ਇਹਨਾਂ ਨੂੰ ਲੋੜ ਪੈ ਗਈ ਸੀ ਕਿ ਇਹਨਾਂ ਨੇ ਸੈਣੀ ਵਿਰੁੱਧ ਕੇਸ ਦਰਜ ਕੀਤਾ ਨਾ ਇਹੀ ਜਿਹੜਾ ਮੈਂ ਜੀ ਦੱਸਣ ਲੱਗਿਆ ਸੀ ਵੀ ਉਹ ਕਈ ਵਾਰੀ ਜਿਹੜੀ ਹੁੰਦੀ ਹੈ ਨਾ ਸਾਜਿਸ਼ ਕਹਿ ਲਓ ਜਾਂ ਚਾਲ ਕਹਿ ਲਓ ਜੀ ਸਾਜਿਸ਼ ਨਹੀਂ ਇੱਥੇ ਚਾਲ ਵਾਲੀ ਗੱਲ ਆ ਸਕਦੀ ਜੀ ਜੀ ਬਈ ਕੋਈ ਚਾਲ ਹੋ ਸਕਦੀ ਹੈ ਜੀ ਬਈ ਕੇਸ ਪਰਚਾ ਦਰਜ ਕਰ ਦਿਓ ਜੀ ਕੋਰਟਾਂ ਤੋਂ ਕਹਾ ਲਓ ਵੀ 29 ਸਾਲ ਬਾਅਦ ਕੇਸ ਖੋਲ੍ਹਣ ਦਾ ਕੋਈ ਮਤਲਬ ਨਹੀਂ ਅੱਛਾ ਮਤਲਬ ਉਹਨੂੰ ਸਾਫ਼ ਕਰ ਦਿਓ ਸਾਰੇ ਸਾਫ਼ ਕਰ ਦਿਓ ਤਾਂ ਕਿ ਜੇ ਕੋਈ ਹੋਰ ਆਵੇ ਜੀ ਹੋਰ ਬੜੇ ਬਹੁਤ ਕੁਛ ਹੋਇਆ ਪੰਜਾਬ ਦੇ ਵਿੱਚ ਜੀ 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 ਜੇ ਕੋਈ ਹੋਰ ਆਵੇ ਉਹ ਜਿਹੜਾ ਸੈਣੀ ਵਾਲਾ ਮਸਾਲਾ ਸਾਹਮਣੇ ਰੱਖੀ ਜਾਵੇ ਇਹਨਾਂ ਦਾ ਕੋਰਟਾਂ ਨੇ ਵੀ ਕਹਿ ਤਾ ਜੀ ਵੀ 29 ਸਾਲ ਬਾਅਦ ਜਾਂ 15 ਸਾਲ ਬਾਅਦ ਜਾਂ 29 ਮਹੀਨਿਆਂ ਬਾਅਦ ਜੀ ਤੁਸੀਂ ਆ ਗਏ ਹੋ ਤੁਸੀਂ ਜਿਹੜੀ ਆਪਦੀ ਡਿਲੇ ਆ ਉਹਨੂੰ ਜਸਟੀਫਾਈ ਨਹੀਂ ਕਰ ਸਕੇ ਜੀ ਅੱਜ ਕਿਉਂ ਆ ਰਹੇ ਹੋ ਦੇਖੋ ਤਾਂ ਕਿ ਕੱਲ੍ਹ ਨੂੰ ਜੇ ਕੋਈ ਹੋਰ ਵੀ ਇਹੋ ਜਿਹੇ ਪਰਚੇ ਕਰਾਉਣ ਵਾਲਾ ਸਾਹਮਣੇ ਆ ਗਏ ਤਾਂ ਉੱਥੇ ਉਹਨੂੰ ਮੁੰਦਾ ਲਾਇਆ ਜਾ ਸਕੇ ਉਹ ਭਾਵੇਂ ਕਿ ਪਹਿਲਾਂ ਹੀ ਤੁਸੀਂ ਉਹ ਗੱਲ ਆ ਜਿਹੜੀ ਉਹ ਕਰ ਚੁੱਕੇ ਹੋ ਫਿਰ ਤੂੰ ਇਹ ਦੇਖੋ ਵੀ ਇੱਕ ਸਾਬਕਾ DGP ਆ ਉਹਦੀ ਹੁਣ ਚਲੋ ਗਾਊਂ ਜ਼ਮਾਨਤ ਹੋ ਗਈ ਆ ਅਤੇ ਜਾਂਚ ਕੌਣ ਕਰ ਰਿਹਾ ਇੱਕ ਥਾਣੇਦਾਰ ਬਿਲਕੁਲ ਹੁਣ ਉਹ ਕੀ ਜਾਂਚ ਕਰੂਗਾ ਕੀ ਰਿਪੋਰਟ ਦਊਗਾ ਅਤੇ ਉਹ ਰਿਪੋਰਟ 'ਤੇ ਅਦਾਲਤ ਆ ਜਿਹੜੀ ਉਹ ਅਗਲੀ ਕਾਰਵਾਈ ਕੀ ਕਰੂਗੀ ਮਤਲਬ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਸਰਕਾਰ ਦੀ ਜਿਹੜੀ ਢਿੱਡ ਦੀ ਬੇਈਮਾਨੀ ਆ ਉਹ ਬਿਲਕੁਲ ਸਾਹਮਣੇ ਆ ਗਈ ਕਿ ਉਹ ਇਸ ਬੁੱਚੜ ਪੁਲਿਸ ਅਫਸਰ ਨੂੰ ਹੀ ਨਹੀਂ ਬਚਾਉਣਾ ਚਾਹੁੰਦੀ ਉਹ ਇਸ ਤਰ੍ਹਾਂ ਦੇ ਸਾਰੇ ਬੁੱਚੜ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਉਸ ਵੇਲੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਉਹਨਾਂ ਸਾਰਿਆਂ ਨੂੰ ਮਤਲਬ ਇੱਕ ਤਰ੍ਹਾਂ ਦਾ ਪੋਚਾ ਮਾਰਨਾ ਚਾਹੁੰਦੀ ਆ ਕਿ ਉਹਨਾਂ ਦਾ ਕੋਈ ਕੇਸ 20 ਸਾਲ ਬਾਅਦ ਖੁੱਲ੍ਹਦਾ ਕੋਈ 25 ਸਾਲ ਬਾਅਦ ਕੋਈ 30 ਸਾਲ ਬਾਅਦ ਉਹਨਾਂ ਦੇ ਕੇਸ ਦਾ ਕੋਈ ਅਰਥ ਆ ਜਿਹੜਾ ਉਹ ਨਾ ਰਹੇ ਜੀ ਬਜ਼ਰੀਆ ਅਦਾਲਤ ਜੀ ਉਹਨਾਂ ਕੇਸਾਂ ਨੂੰ ਠੱਪ ਕਰਨਾ ਚਾਹੁੰਦੀ ਸੋ ਇੱਕ ਥਾਣੇਦਾਰ ਨੂੰ ਮਤਲਬ ਇਹ ਕੇਸ ਦੀ ਜਿਹੜੀ ਜਾਂਚ ਦੇਣ ਦੀ ਕੀ ਤੁੱਕ ਆ ਜਿਹੜੀ ਉਹ ਸਾਡੇ ਸਾਹਮਣੇ ਆਉਂਦੀ ਆ ਦੇਖੋ ਜਦੋਂ 302 ਦਾ ਜਾਂ 120 ਦਾ ਜੀ ਕਤਲ 'ਚ ਸਾਜਿਸ਼ ਕਰਨ ਦਾ ਪਰਚਾ ਸਾਹਮਣੇ ਆ ਜਾਂਦਾ ਤਾਂ ਉਹਦੀ ਫੌਰਨ ਗ੍ਰਿਫਤਾਰੀ ਹੁੰਦੀ ਆ ਜੀ ਬਿਲਕੁਲ 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 4-5 ਦਿਨ ਉਹਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਬਿਲਕੁਲ ਇਹ ਵੀ ਨਹੀਂ ਆ ਵੀ ਉਹ ਲੱਭਦਾ ਨਹੀਂ ਉਹਨੂੰ ਜੈਡਕ ਸਿਕਿਉਰਿਟੀ ਆ ਪੰਜਾਬ ਪੁਲਿਸ ਸਾਰੀ ਉਹਦੇ ਨਾਲ ਆ ਸਾਰੀ ਉਹਦੇ ਨਾਲ ਆ ਫਿਰ ਉਹ ਉੱਥੇ ਗਿਆ ਸ਼ਿਮਲੇ ਗਿਆ ਵਾ ਉੱਥੋਂ ਉਹਨਾਂ ਨੇ ਮੋੜਿਆ ਵਾ ਉਹਨੂੰ ਅਗਲੇ ਦਿਨ ਉੱਥੇ ਦਿੱਲੀ ਗਿਆ ਪੰਜਾਬ ਪੁਲਿਸ ਦੀ ਸਿਕਿਉਰਿਟੀ ਉਹਦੇ ਨਾਲ ਉਹਦੇ ਨਾਲ ਆ ਬਿਲਕੁਲ ਉਹਨਾਂ ਨੂੰ ਕਿਹਾ ਜਾ ਸਕਦਾ ਵੀ ਇਹਨੂੰ ਅਰੈਸਟ ਕਰੋ ਉਹਨਾਂ ਨੂੰ ਪਤਾ ਹੁੰਦਾ ਬੰਦਾ ਕਿੱਥੇ ਆ ਜਿਹਨੂੰ ਇਹ ਸਿਕਿਉਰਿਟੀ ਉਹਦੇ ਨਾਲ ਹੀ ਨਹੀਂ ਨਾਲ ਹੀ ਨੇ ਪਤਾ ਹੀ ਹੈ ਕੋਈ ਇਹ ਦਿਖਾਇਆ ਵੀ ਨਹੀਂ ਜੀ ਅਸੀਂ ਉੱਥੇ ਛਾਪਾ ਮਾਰਿਆ ਉੱਥੇ ਛਾਪਾ ਮਾਰਿਆ ਜਦੋਂ ਤੁਸੀਂ ਪਰਚਾ ਦਰਜ ਕਰ ਲਿਆ ਜੀ ਫਿਰ ਗ੍ਰਿਫਤਾਰੀ ਕਰਦੇ ਨਹੀਂ ਦੇਖੋ
ਕੋਰਟ ਦੀ ਜਿਹੜੀ ਅਗਾਊਂ ਜ਼ਮਾਨਤ ਵਾਲਾ ਕਿਉਂ ਉਡੀਕਿਆ ਗਿਆ? ਆਪਾਂ ਦੇਖਦੇ ਹੀ ਹਾਂ ਜੀ, ਜਿੱਥੇ ਜਿੱਥੇ ਸਰਕਾਰ ਜਿਹੜੀ ਚਾਹੁੰਦੀ ਹੁੰਦੀ ਆ ਕਿ ਬੰਦੇ ਨੂੰ ਗ੍ਰਿਫਤਾਰ ਕਰਨਾ, ਤਾਂ ਇਸ ਤਰ੍ਹਾਂ ਦਾ ਕੇਸ ਆ ਜਿਹੜਾ ਉਹ ਸ਼ਾਮ ਨੂੰ ਜਾਂ ਮਤਲਬ ਰਾਤ ਨੂੰ ਦਰਜ ਕੀਤਾ ਜਾਂਦਾ, ਅਤੇ ਉਸੇ ਵੇਲੇ ਰਾਤ ਨੂੰ ਉਹਦੇ ਘਰ ਛਾਪਾ ਮਾਰ ਕੇ ਅਤੇ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ ਜੇ ਸਰਕਾਰ ਚਾਹੁੰਦੀ ਹੋਵੇ ਤਾਂ। ਸੋ ਸਰਕਾਰ ਇਸ ਮਸਲੇ ਨੂੰ ਚਾਹੁੰਦੀ ਨਹੀਂ ਸੀ, ਬੜੀ ਡੂੰਘੀ ਸਾਜਿਸ਼ ਆ ਜਿਹੜੀ ਉਹ ਰਚੀ ਗਈ ਆ ਕਿ ਪੰਜਾਬ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਰੋਈਆ ਬੀਆਬਾਨਾਂ 'ਚ, ਨਹਿਰਾਂ ਦੇ ਕਿਨਾਰਿਆਂ 'ਤੇ, ਦਰਿਆਵਾਂ ਦੇ ਕਿਨਾਰਿਆਂ 'ਤੇ, ਸੋ ਉਹਨਾਂ ਜਿਹੜੇ ਝੂਠੇ ਪੁਲਿਸ ਮੁਕਾਬਲੇ 25,000 ਜਿਹੜੀਆਂ ਸਾਡੀਆਂ ਅਣਪਛਾਤੀਆਂ ਨੌਜਵਾਨਾਂ ਦੀਆਂ ਲਾਸ਼ਾਂ ਨੇ, ਉਹਨਾਂ ਸਾਰਿਆਂ 'ਤੇ ਪੋਚਾ ਮਾਰਨ ਦੇ ਲਈ ਇਹ ਜਿਹੜਾ ਸੈਣੀ ਵਾਲਾ ਕੇਸ ਆ ਇਹਨੂੰ ਅੱਗੇ ਲੈ ਆਉਂਦਾ ਤਾਂ ਕਿ ਅਦਾਲਤ ਇਹਨੂੰ ਕਲੀਨ ਚਿੱਟ ਦੇ ਦੇਵੇ, ਜੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਆ ਤਾਂ ਉਹ ਕਲੀਨ ਚਿੱਟ ਆਪ ਹੀ ਮਿਲ ਜਾਵੇ। ਸੋ ਮਡਿਆਣੀ ਸਾਹਿਬ, ਇੱਕ ਗੱਲ ਹੋਰ ਆ ਇਸ ਵੇਲੇ ਸਾਡੇ ਸਾਹਮਣੇ, ਅੱਜ ਪਹਿਰੇਦਾਰ 'ਚ ਉਸ ਸੰਪਾਦਕੀ ਵੀ ਲਿਖੀ ਆ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਸ਼੍ਰੋਮਣੀ ਕਮੇਟੀ 'ਤੇ ਇਲਜ਼ਾਮ ਵੀ ਲੱਗ ਰਹੇ ਨੇ, ਦੋਸ਼ ਵੀ ਲੱਗ ਰਹੇ ਨੇ ਕਿ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਿਹੜੇ ਗੁਰੂ ਕੇ ਲੰਗਰ ਚਲਾਏ ਨੇ, ਗੁਰੂ ਕੇ ਲੰਗਰ ਜਿਹੜੇ ਉਹ ਚਲਾਏ ਨਹੀਂ, ਉਹ ਜਿਵੇਂ ਜਿੱਥੇ ਲੋੜ ਨਹੀਂ, ਜਿਵੇਂ ਤੁਸੀਂ ਪਹਿਲਾਂ ਗੱਲ ਕਿਹਾ, ਉੱਥੇ ਵੀ ਵਰਤਾਏ ਗਏ ਨੇ। ਅਤੇ ਹੁਣ ਗੱਲ ਕੀਤੀ ਜਾ ਰਹੀ ਆ ਕਿ ਇਹ ਲੰਗਰ ਆ ਜਿਹੜੇ ਇਹ ਕੱਲ੍ਹ ਨੂੰ ਮਸਤਾਨੇ ਵੀ ਹੋ ਸਕਦੇ ਆ, ਅਤੇ ਉਸ ਸਥਿਤੀ ਦੇ ਵਿੱਚ ਜਿਹੜੀ ਆ ਮਤਲਬ ਪੰਜਾਬ ਦੇ ਸਿੱਖ ਨੇ ਜਿਹੜੇ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਦਸਾਂ ਦਾ ਜਿਹੜਾ ਉਹ ਦਿਓ, ਪਰੰਤੂ ਅਪੀਲ ਕਿਹਨੇ ਕੀਤੀ ਆ? ਸੁਖਬੀਰ ਬਾਦਲ ਨੇ। ਸੋ ਇਸ ਕਰਕੇ ਪੰਜਾਬ ਦਾ ਜਿਹੜਾ ਆਮ ਸਿੱਖ ਆ, ਜਿਹੜਾ ਗੁਰੂ ਨੂੰ ਸਮਰਪਿਤ ਸਿੱਖ ਆ, ਜਿਹੜਾ ਕਹੂ ਜਿਹੜਾ ਬਾਦਲਾਂ ਨੂੰ ਸਿੱਖ ਕੌਮ ਦਾ ਦੁਸ਼ਮਣ ਮੰਨਦਾ ਵਾ, ਉਹ ਇਸ ਦਸਵੰਧ ਤੋਂ ਪਾਸੇ ਹਟ ਗਿਆ। ਸੋ ਜਿਹੜੇ ਬਾਦਲਕੇ ਨੇ, ਬਾਦਲਕਿਆਂ ਦੇ ਚੇਲੇ ਨੇ, ਚਪੜੇ ਨੇ, ਉਹਨਾਂ ਦੇ ਚਾਪਲੂਸ ਨੇ, ਉਹ ਹੁਣ ਪਿੰਡਾਂ ਦੇ ਵਿੱਚ ਜਦੋਂ ਮਤਲਬ ਇਹ ਦਸਵੰਧ ਇਕੱਠਾ ਕਰਨ ਦੇ ਲਈ ਤੁਰਦੇ ਨੇ, ਅਤੇ ਆਮ ਸਿੱਖ ਆ ਜਿਹੜਾ ਉਹ ਮੂੰਹ ਮੋੜ ਲੈਂਦਾ। ਪਰੰਤੂ ਜੇ ਇਹੀ ਸਥਿਤੀ ਰਹੀ ਕਿ ਆਮ ਸਿੱਖ ਆ ਜਿਹੜਾ ਉਹ ਇਸ ਗੱਲ ਤੋਂ ਮੂੰਹ ਮੋੜ ਗਿਆ ਦਸਵੰਧ ਦੇਣ ਤੋਂ, ਅਤੇ ਜੇ ਖੁਦਾ ਨਾ ਖਾਸਾ, ਭਾਵੇਂ ਕਿ ਇਹ ਤਾਂ ਗੁਰੂ ਦਾ ਵਰਦਾਨ ਆ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਵੀ ਸ਼ਾਮ ਨੂੰ ਜਿਹੜੇ ਬਰਤਨ ਨੇ ਲੰਗਰ ਦੇ ਬੁੱਧੇ ਮਾਰ ਦਿਓ, ਸਵੇਰੇ ਕਰਤਾਰ ਆਪੇ ਭਰੂਗਾ। ਸੋ ਭਾਵੇਂ ਕਿ ਆਪਾਂ ਨੂੰ ਇਸ ਗੱਲ ਦੀ ਕੋਈ ਸ਼ੰਕਾ ਨਹੀਂ ਕਿ ਲੰਗਰ ਹਮੇਸ਼ਾ ਅਤੁੱਟ ਆ ਜਿਹੜੇ ਉਹ ਚੱਲਦੇ ਰਹਿਣਗੇ, ਪਰੰਤੂ ਜਿਹੜੀ ਇਸ ਵੇਲੇ ਸਥਿਤੀ ਪੈਦਾ ਹੋ ਗਈ ਆ, ਬੜੀ ਗੰਭੀਰ ਸਥਿਤੀ ਪੈਦਾ ਹੋ ਗਈ ਆ ਕਿ ਲੋਕਾਂ ਦੇ ਮਨਾਂ 'ਚ ਬਾਦਲਕਿਆਂ ਪ੍ਰਤੀ ਰੋਸ ਆ, ਨਫ਼ਰਤ ਆ, ਗੁੱਸਾ ਵਾ, ਉਸ ਕਾਰਨ ਉਹ ਦਸਵੰਧ ਦੇਣ ਲਈ ਵੀ ਤਿਆਰ ਨਹੀਂ। ਪਰੰਤੂ ਇਸੇ ਲਈ ਜੇ ਕੱਲ੍ਹ ਨੂੰ ਮਤਲਬ ਗੁਰੂ ਕੇ ਲੰਗਰਾਂ 'ਚ ਰਾਸ਼ਨ ਜਿਹੜੇ ਉਹ ਮਸਤਾਨੇ ਹੋ ਜਾਂਦੇ ਨੇ, ਤਾਂ ਫਿਰ ਕਿਵੇਂ ਹੋਊਗਾ ਜਿਹੜਾ ਸਿੱਖ ਕੌਮ ਦਾ ਇਹ ਵਤੀਰਾ ਵਾ ਜਿਹੜਾ, ਇਹਦੇ ਬਾਰੇ ਆਪਾਂ ਕੀ ਕਹਿ ਸਕਦੇ? ਜਿਹੜਾ ਦੇਖੋ ਜੀ, ਇਹ ਲੋਕਡਾਊਨ ਕਰਕੇ ਜੀ ਜਿਹੜੀ ਗੁਰਦੁਆਰਿਆਂ ਦੀ ਆਮਦਨ ਵੀ ਬੰਦ ਹੈ, ਖਤਮ ਆ, ਬਿਲਕੁਲ ਖਤਮ ਆ, ਅਤੇ ਜੋ ਰਸਦਾਂ ਬਸਦਾਂ ਜਾਂਦੀਆਂ ਸੀ ਉਹ ਵੀ ਬੰਦ ਨੇ, ਬਿਲਕੁਲ ਬਿਲਕੁਲ ਬਿਲਕੁਲ, ਅਤੇ ਜਿਹੜੇ ਲੰਗਰ ਨੇ ਜੀ ਉਹ ਫੁੱਲ ਸਪੀਡ 'ਤੇ ਵਰਤਾਏ ਗਏ ਜੀ, ਅਤੇ ਕੱਲ੍ਹ ਨੂੰ ਦੇਖੋ ਜੇ ਇਹੋ ਜਿਹੀ ਪੁਜੀਸ਼ਨ ਆਉਂਦੀ ਆ ਜੀ, ਤਾਂ ਇਹ ਜਿਹੜਾ ਮੀਡੀਆ ਜੀ ਇਹਨੇ ਰੱਜ ਕੇ ਇਹਨੂੰ ਬਿਲਕੁਲ 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 ਬਿਲਕੁਲ, ਅੱਜ ਤਾਂ ਪੂਰੀ ਦੁਨੀਆਂ ਦੇ ਵਿੱਚ ਧੰਨ ਧੰਨ ਹੋ ਰਹੀ ਹੈ ਸਿੱਖੀ ਦੀ ਲੰਗਰਾ ਕਰਕੇ। ਦੇਖੋ ਮੈਂ ਮਿਸਾਲ ਦਿੰਦਾ ਕਿਵੇਂ ਇਹ ਮੇਰੇ ਮਨ 'ਚ ਆਇਆ ਵੀ ਆਹ ਕੁਛ ਸਾਜਿਸ਼ ਪਾ ਕੇ ਇਹਨਾਂ ਨੇ ਛੱਡਣਾ ਜੀ। ਇਹ ਲੋਕਡਾਊਨ ਤੋਂ ਕੁਛ 5-7 ਦਿਨ ਬਾਅਦ ਦੀ ਉਹ ਗੱਲ ਹੈ ਜੀ ਕਿ ਗੁਰਦੁਆਰਾ ਦੁੱਖ ਨਿਵਾਰਨ ਲੁਧਿਆਣੇ ਬਾਰੇ ਖਬਰ ਛਪੀ ਸੀ ਜੀ, ਅਤੇ ਵੀ ਉੱਥੇ ਜੀ ਜਿਹੜੇ ਲੰਗਰ ਮੁੱਕ ਗਿਆ, ਅੱਛਾ ਲੰਗਰ ਖਤਮ ਹੋ ਗਿਆ ਜੀ, ਗੁਰਦੁਆਰੇ 'ਚ ਵੀ ਜਿਹੜਾ ਆਪੋ ਆਪਣਾ ਭਾਂਡੇ ਮੁੱਧੇ ਹੋ ਗਏ ਜੀ, ਬੜੀ ਇਹਦੀ ਭੰਡੀ ਰੂਪ 'ਚ ਬਣਾ ਕੇ ਪੇਸ਼ ਕੀਤਾ ਜੀ। ਹਾਲਾਂਕਿ ਉੱਥੇ ਵਜ੍ਹਾ ਇਹ ਸੀ, ਨਹੀਂ ਉਹਨਾਂ ਨੇ ਗੌਰਮੈਂਟ ਤੋਂ ਸਹਾਇਤਾ ਮੰਗੀ, ਇਹ ਕਿਹਾ ਗਿਆ ਸੀ ਵੀ ਉਹਨਾਂ ਨੂੰ ਲੰਗਰ ਮੁੱਕ ਗਏ ਅਤੇ ਗੌਰਮੈਂਟ ਤੋਂ ਸਹਾਇਤਾ ਮੰਗ ਰਹੀ ਹੈ, ਸਰਕਾਰ ਤੋਂ ਸਹਾਇਤਾ ਮੰਗਦੇ ਆ ਜੀ। ਉਹ ਸਹਾਇਤਾ ਇਹ ਮੰਗੀ ਗਈ ਸੀ ਵੀ ਬਾਜ਼ਾਰ ਸਾਰੇ ਬੰਦ ਨੇ ਜੀ, ਅਤੇ ਸਾਨੂੰ ਜਿਹੜੇ ਤੁਸੀਂ ਕੁਛ ਹੋਲਸੇਲਰ ਦੇ ਸਪਲਾਈ ਵਾਲੇ ਨੇ ਜੀ, ਕਣਕ ਦਾਲਾਂ ਦੀ ਸਪਲਾਈ ਵਾਲੇ ਜੀ, ਉਹਨਾਂ ਤੋਂ ਸਾਨੂੰ ਸਪਲਾਈ ਦਵਾ ਦਿਓ, ਪੈਸੇ ਅਸੀਂ ਦੇਣ ਨੂੰ ਤਿਆਰ ਹਾਂ ਜੀ। ਹਾਲਾਂਕਿ ਉਹ ਦੇਖੋ ਐਂ ਤਾਂ ਐਂ ਨਹੀਂ ਵੀ ਕੋਈ ਸਾਲ ਭਰ ਦਾ ਕੋਈ, ਬਿਲਕੁਲ ਕੋਈ ਸ਼ੱਕ, ਉਹ ਤਾਂ ਐਂ ਸੀਗਾ ਵੀ ਰੋਜ਼ ਮਾਰਕੀਟ ਵਿੱਚ ਆਉਂਦਾ ਸੀਗਾ ਅਤੇ ਰੋਜ਼ ਵਰਤਾ ਆਉਂਦਾ ਸੀਗਾ ਜੀ, ਅਤੇ ਜਾਂ ਲੋਕ ਲਿਆਉਂਦੇ ਸੀ ਤਾਂ ਉਹ ਲੋਕਾਂ ਵਾਲਾ ਵੀ ਬੰਦ ਹੋ ਗਿਆ, ਜਿਹੜਾ ਅੰਦਰ ਸਟਾਕ ਸੀ ਉਹ ਮੁੱਕ ਚੱਲਿਆ, ਅਤੇ ਫਿਰ ਉਹੀ ਗੱਲ ਆ ਗਈ ਨਾ ਕਿ ਕੋਈ ਟਾਈਮ ਤਾਂ ਕਿਸੇ ਨੂੰ ਦਿੱਤਾ ਹੀ ਨਹੀਂ ਵੀ ਇਹ ਤਾਂ ਰਾਤ ਨੂੰ 8 ਵਜੇ ਬੋਲਦਾ, 12 ਵਜੇ ਬੰਦ ਆ। ਹਾਲਾਂਕਿ ਸਰਕਾਰ ਤੋਂ ਕੋਈ ਇਹ ਨਹੀਂ ਸੀ ਕੋਈ ਖਰਾਤ ਮੰਗਦੇ ਸੀ ਜਾਂ ਪੈਸੇ ਮੰਗਦੇ ਸੀ, ਸਿਰਫ ਇੰਨਾ ਸੀ
ਵੀ ਉਹ ਤੁਸੀਂ ਜਿਹੜੇ ਉਹ ਜਿਹੜੀਆਂ ਹੋਲਸੇਲਰ ਹੱਟੀਆਂ ਵਾਲੀਆਂ ਦੁਕਾਨਾਂ ਨੇ ਜਾਂ ਡੀਪੂ ਨੇ ਉਹਨਾਂ ਤੋਂ ਸਾਨੂੰ ਸਪਲਾਈ ਦਵਾ ਦਿਓ ਜੀ, ਤੁਸੀਂ ਸਪੈਸ਼ਲ ਅਲਾਓ ਕਰਕੇ ਉਹਨਾਂ ਦੇ ਖੋਲ ਦਿਓ ਤਾਂ ਕਿ ਸਾਨੂੰ ਇਹ ਜਿਹੜਾ ਰਾ ਮਟੀਰੀਅਲ ਮਿਲ ਸਕੇ। ਉਹਨੂੰ ਇੰਨਾ ਹੋਊਗਾ ਬਣਾ ਤਾਂ ਵੀ ਸਰਕਾਰ ਤੋਂ ਸਹਾਇਤਾ ਮੰਗਣ ਲੱਗ ਗਈ। ਅਤੇ ਜੇ ਕੱਲ੍ਹ ਨੂੰ ਜਿਵੇਂ ਤੁਸੀਂ ਇਹ ਖਦਸ਼ਾ ਜ਼ਾਹਰ ਕੀਤਾ ਜੇ ਇਹੀ ਜਿਹੀ ਨੌਬਤ ਆ ਗਈ ਤੁਸੀਂ ਦੇਖੋ ਵੀ ਇਹ ਪ੍ਰੈਸ ਵਾਲੇ ਕੀ ਹਾਲ ਬਣਾਉਣਗੇ ਜੀ। ਅਤੇ ਇਹ ਚੀਜ਼ ਵੀ ਇਹਨਾਂ ਨੂੰ ਸੋਚਣੀ ਚਾਹੀਦੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬੜੇ ਆਪਣੇ ਸਰਸਾ ਸਾਹਿਬ ਵਾਰ ਵਾਰ ਟੀ ਵੀ 'ਤੇ ਆ ਕੇ ਕਹਿ ਰਹੇ ਸੀ ਅਸੀਂ ਇਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਜੀ, ਵੀ ਜਿਹੜੇ ਅਗਾਊਂ ਇੰਤਜ਼ਾਮ ਨੇ ਉਹਨਾਂ ਦਾ ਵੀ ਤੁਸੀਂ ਕੌਮ ਨੂੰ ਕੁਛ ਦੱਸੋ। ਬਿਲਕੁਲ ਬਿਲਕੁਲ, ਉਹ ਤਾਂ ਜ਼ਰੂਰੀ ਆ, ਜਿਹੜੇ ਅਗਾਊਂ ਨੇ ਕੱਲ੍ਹ ਨੂੰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਕੀ ਪ੍ਰਬੰਧ ਆ, ਸਾਡੇ ਕੋਲ ਕਿੰਨਾ ਕੁ ਰਾਸ਼ਨ ਆ, ਕਿੰਨੇ ਕੁ ਦੀ ਸਾਨੂੰ ਲੋੜ ਆ, ਉਹਦੇ ਲਈ ਜਿਹੜਾ ਇਹਨਾਂ ਨੇ ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਮਤਲਬ ਦਿੱਕਤ ਆ ਗਈ ਕਿ ਇਹਨਾਂ ਨੇ ਪਿੰਡ ਪਿੰਡ ਜਿਹੜੇ ਬਾਦਲ ਦਲ ਦੇ ਆਗੂ ਆ ਉਹਨਾਂ ਦੀ ਡਿਊਟੀ ਲਾਤੀ ਹੈ, ਦੋਨਾਂ ਦੀ ਜ਼ਿੰਮੇਵਾਰੀ ਲਾਤੀ ਆ ਵੀ ਤੁਸੀਂ ਇੰਨਾ ਹੀ ਕਣਕ ਆ ਜਿਹੜੀ ਉਹ ਇਕੱਠੀ ਕਰੋ। ਸੋ ਉਹ ਜਿਹੜੇ ਬਾਦਲ ਕੇ ਅੱਗੇ ਹੋ ਕੇ ਇਕੱਠੀ ਕਰਨ ਲੱਗੇ ਆ ਕਣਕ, ਉਹਨੂੰ ਲੋਕ ਆ ਜਿਹੜੇ ਸਿੱਖ ਨੇ ਜਿਹੜੇ ਉਹ ਹੁੰਗਾਰਾ ਨਹੀਂ ਦੇ ਰਹੇ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਜਦੋਂ 84 ਤੋਂ ਬਾਅਦ ਜੀ ਕਈ ਵਾਰੀ ਸ਼੍ਰੋਮਣੀ ਕਮੇਟੀ ਨੇ ਫੰਡ ਖੋਲਿਆ ਜੀ, ਪਹਿਲਾਂ ਧਰਮੀ ਫੌਜੀਆਂ ਦਾ ਖੋਲਿਆ, ਦੂਜਾ ਜਿਹੜੇ ਸ਼ਹੀਦ ਹੋ ਗਏ ਸੀਗੇ ਜੀ ਉਹਨਾਂ ਨੂੰ ਸਹਾਇਤਾ ਦੇਣ ਦਾ ਖੋਲਿਆ ਜੀ, ਤੀਜਾ ਜਦੋਂ ਨਵੰਬਰ 84 ਦੇ ਕਤਲੇਆਮ ਵਾਲੇ ਉਹਨਾਂ ਖਾਤਰ ਖੋਲਿਆ ਜੀ। ਅਤੇ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਉਦੋਂ 5 ਲੱਖ ਰੁਪਈਆ ਰੱਖ ਦਿੰਦੀ, 5 ਲੱਖ ਰੁਪਈਆ ਬੜੀ ਵੱਡੀ ਰਕਮ ਸੀ ਅਤੇ ਅਸੀਂ 5 ਲੱਖ ਦੇ ਕੇ ਫੰਡ ਸ਼ੁਰੂ ਕਰਦੇ ਹਾਂ ਜੀ। ਇਹ ਰਵਾਇਤ ਹੈ ਵੀ ਜਦੋਂ ਵੱਡੀ ਕੋਈ ਸੰਸਥਾ ਕੋਈ ਫੰਡ ਸ਼ੁਰੂ ਕਰਦੀ ਹੈ ਤਾਂ ਆਪਦਾ ਪਹਿਲਾਂ ਆਪਦਾ ਹਿੱਸਾ ਰੱਖਦੀ। ਅਤੇ ਹੁਣ ਸੁਖਬੀਰ ਬਾਦਲ ਨੇ ਜੇ ਇਹ ਸ਼ੁਰੂ ਕਰੀ ਹੈ ਤਾਂ ਆਪਦਾ ਤਾਂ ਪਹਿਲਾਂ ਯੋਗਦਾਨ ਦੱਸਦਾ, ਮੈਂ 100 ਬੋਰੀ ਭੇਜ ਰਿਹਾ, 200 ਭੇਜ ਰਿਹਾ ਜਾਂ 50 ਭੇਜ ਰਿਹਾ, ਜੋ ਵੀ ਆ ਬਿਲਕੁਲ ਉਹ ਜ਼ਰੂਰੀ ਸੀ, ਉਹ ਜ਼ਰੂਰੀ ਸੀ ਜੀ। ਆਪ ਤਾਂ ਜਦੋਂ ਆਪ ਦਾ ਲੰਗਰ ਵਰਤਾਇਆ ਉਦੋਂ ਨਹੀਂ ਆਪ, ਪਹਿਲੀ ਗੱਲ ਤਾਂ ਇਹ ਆ ਵੀ ਸੁਖਬੀਰ ਬਾਦਲ ਦਾ ਅਪੀਲ ਕਰਨ ਦਾ ਅਰਥ ਕੀ ਬਣਦਾ ਵਾ, ਨਾ ਤਾਂ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਨਾ ਉਹ ਅਕਾਲ ਤਖ਼ਤ ਦਾ ਜਥੇਦਾਰ ਆ, ਉਹ ਤਾਂ ਇੱਕ ਪਾਰਟੀ ਦਾ ਪ੍ਰਧਾਨ ਆ ਸਿਆਸੀ ਦਾ, ਉਹ ਪਾਰਟੀ ਨੂੰ ਅਪੀਲ ਕਰ ਸਕਦਾ ਸੀ। ਮੈਂ ਅਕਾਲੀ ਦਲ ਨੂੰ ਅਪੀਲ ਕਰਦਾ ਵੀ ਅਕਾਲੀ ਵਰਕਰ ਉੱਥੇ ਪਹੁੰਚਾਉਣ, ਮੈਂ ਇਹਨਾਂ ਦਿਨਾਂ ਬਿਲਕੁਲ ਬਿਲਕੁਲ ਬਿਲਕੁਲ। ਸੋ ਹੁਣ ਤੋਂ ਤੁਸੀਂ ਮਤਲਬ ਕੀ ਮਹਿਸੂਸ ਕਰਦੇ ਹੋ ਕਿ ਤਾਂ ਕਿ ਜਿਹੜਾ ਮੀਡੀਆ ਇਸ ਵੇਲੇ ਤਿਆਰ ਬੈਠਾ ਕਿ ਜਿਹੜਾ ਸਿੱਖੀ ਨੂੰ ਪੂਰੀ ਦੁਨੀਆ ਨੇ ਪ੍ਰਵਾਨ ਕਰ ਲਿਆ ਵਾ, ਸਾਡੀ ਸਿੱਖ ਕੌਮ ਦੀ ਵੱਖਰੀ ਜਿਹੜੀ ਹੋਂਦ ਆ ਉਹਨੂੰ ਪ੍ਰਵਾਨ ਕਰ ਲਿਆ ਲੰਗਰ ਦੀ ਪ੍ਰਥਾ ਕਾਰਨ, ਵੰਡ ਛਕਣ ਦੀ ਪ੍ਰਥਾ ਕਾਰਨ, ਸੋ ਅਸੀਂ ਕਿਤੇ ਨਾ ਕਿਤੇ ਇਸ ਗੱਲ ਤੋਂ ਮਾਰ ਨਾ ਖਾ ਜਾਈਏ ਤਾਂ ਉਸ ਦੇ ਲਈ ਸਾਡੀ ਕੌਮ ਨੂੰ ਆ ਜਿਹੜਾ ਉਹ ਕੀ ਕਰਨਾ ਚਾਹੀਦਾ। ਮੈਂ ਤਾਂ ਜੋ ਮੇਰਾ ਅੰਦਾਜ਼ਾ ਜੀ, ਕੋਈ ਨਾ ਇਹ ਨੌਬਤ ਤਾਂ ਨਹੀਂ ਆ ਸਕਦੀ, ਕੋਈ ਨਾ ਜਿੱਦਣ ਮੁੱਕਿਆ ਕੌਮ ਅੱਗੇ ਆਊਗੀ ਜੀ, ਪਰ ਅੱਜ ਇਹਨਾਂ ਨੂੰ ਤਾਂ ਦੇਖੋ ਜੀ ਆ ਜਿਹੜੇ ਬੈਠੇ ਆ ਪ੍ਰਧਾਨਗੀਆਂ ਤੇ ਵੀ ਇਹ ਕੀ ਕਰਦੇ ਆ ਜੀ, ਠੀਕ ਹੈ ਕੋਈ ਨਾ ਇਹਨਾਂ ਨੂੰ ਕਰਨ ਦਿਓ, ਦੇਖੋ ਜਿੱਦਣ ਮੁੱਕੂ ਆ ਜਾਊ ਕੌਮ ਸਾਹਮਣੇ। ਠੀਕ ਹੈ, ਮਤਲਬ ਸਾਨੂੰ ਇਸ ਗੱਲ ਦਾ ਭਰੋਸਾ ਕਿ ਕੌਮ ਆ ਜਿਹੜੀ ਉਹ ਜਦੋਂ ਇਸ ਗੱਲ ਨੂੰ ਮਹਿਸੂਸ ਕਰੂਗੀ ਉਹ ਡਟ ਕੇ ਸਾਹਮਣੇ ਆਊਗੀ ਅਤੇ ਗੁਰੂ ਕੇ ਲੰਗਰ ਨੇ ਜਿਹੜੇ ਉਹ ਹਮੇਸ਼ਾ ਅਤੁੱਟ ਵਰਤਦੇ ਰਹਿਣਗੇ। ਪੰਡਿਤ ਸਾਹਿਬ ਸਮਾਂ ਵੀ ਸਮਾਪਤੀ ਵਾਲਾ ਅਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਇੱਕ ਸਵਾਲ ਆ ਜਿਹੜਾ ਉਹ ਜ਼ਰੂਰ ਕਰਨਾ ਚਾਹੂੰਗਾ। ਮੋਦੀ ਨੇ ਕਿਹਾ ਕਿ 20 ਲੱਖ ਕਰੋੜ ਦਾ ਮੈਂ ਪੈਕੇਜ ਆ ਜਿਹੜਾ ਉਹ ਇਹ ਕਰੋਨਾ ਕਰਕੇ ਕਰੋਨਾ ਦੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਕਰਕੇ ਮਤਲਬ ਦੇਣ ਦਾ ਉਹਨੇ ਐਲਾਨ ਕੀਤਾ, ਕੀ ਦੇਣਾ ਕੀ ਨਹੀਂ ਦੇਣਾ ਇਹ ਤਾਂ ਰੱਬ ਜਾਣਦਾ। ਉਹਦੇ ਦੂਜੇ ਚਰਨ ਦੇ ਵਿੱਚ ਆ ਜਿਹੜਾ ਉਹ ਵਿੱਤ ਮੰਤਰੀ ਹੈ ਜਿਹੜੀ ਸੀਤਾ ਨਿਰਮਲ, ਉਹਨੇ ਆ ਜਿਹੜਾ ਐਲਾਨ ਕੀਤਾ ਵਾ 3.96 ਜਿਹੜਾ ਕਰੋੜ ਦਾ। ਸੋ ਉਹ ਜਿਹੜਾ ਉਹਨੇ ਇਸ ਵੇਲੇ ਵਿੱਤ ਮੰਤਰੀ ਨੇ ਜਿਹੜਾ ਪੈਕੇਜ ਦਿੱਤਾ ਵਾ ਉਹਦੇ 'ਚ ਮਜ਼ਦੂਰਾਂ ਨੂੰ 2 ਮਹੀਨੇ ਮੁਫਤ ਰਾਸ਼ਨ ਦਿੱਤਾ ਜਾਊਗਾ। ਸੋ ਤੁਹਾਨੂੰ ਕੀ ਲੱਗਦਾ ਵਾ ਜਾਂ ਕਿਸਾਨਾਂ ਲਈ ਜੇ ਕੀ ਰਾਹਤ ਆ ਕਿ ਉਹਨਾਂ ਨੂੰ ਕਰਜ਼ੇ ਦਿੱਤੇ ਜਾਣਗੇ, ਪਹਿਲਾਂ ਹੀ ਕਰਜ਼ੇ ਥੱਲੇ ਦੱਬੇ ਆ, ਰੇਹੜੀਆਂ ਵਾਲਿਆਂ ਨੂੰ ਕੀ ਦਿੱਤਾ ਕਰਜ਼ੇ ਦਿੱਤੇ ਜਾਣਗੇ। ਸੋ ਇਹ ਜਿਹੜਾ ਸਰਕਾਰ ਆ ਜਿਹੜੀ 20 ਲੱਖ ਕਰੋੜ ਦੀਆਂ ਗੱਲਾਂ ਕਰਦੀ ਆ, ਦੂਜੇ ਪਾਸੇ ਕਰਜ਼ਿਆਂ ਦੀਆਂ ਗੱਲਾਂ ਕਰਦੀ ਆ, ਤੀਜੇ ਪਾਸੇ ਇਹ ਆ ਵੀ ਮਜ਼ਦੂਰ ਆ ਜਿਹੜੇ ਉਹਨਾਂ ਨੂੰ ਅਸੀਂ 2 ਮਹੀਨੇ ਰਾਸ਼ਨ ਦੇ ਦਾਂਗੇ। ਹੁਣ ਜਦੋਂ ਰਾਸ਼ਨ ਵੰਡਿਆ ਗਿਆ ਆ ਪਿਛਲੇ ਦਿਨਾਂ ਦੇ ਵਿੱਚ, ਆ ਪਿਛਲੇ ਮਹੀਨੇ ਡੇਢ ਮਹੀਨੇ 'ਚ ਜਿਹੜਾ ਰਾਸ਼ਨ ਵੰਡਿਆ ਗਿਆ, ਸਾਰੇ ਹੀ ਜਿਹੜੇ ਗਰੀਬ ਨੇ ਮਜ਼ਦੂਰ ਨੇ ਉਹਨਾਂ ਨੇ ਚੀਕਾਂ ਮਾਰੀਆਂ ਵੀ ਸਾਡੇ ਤੱਕ ਤਾਂ ਪਹੁੰਚਿਆ ਹੀ ਨਹੀਂ, ਇਹ ਤਾਂ ਆਪੇ ਹੀ ਖਾ ਖੂ ਗਏ ਨੇ, ਜਾਂ ਆਪਣੇ ਲੋਕਾਂ ਨੂੰ ਆਪਣੀਆਂ ਮੂੰਹ ਮਲਾਜੇਦਾਰੀਆਂ ਨੂੰ ਪੂਰਾ ਕੀਤਾ। ਸੋ ਇਹ ਇਸ ਗੱਲ ਦੀ ਸਾਡੇ ਕੋਲ ਕੀ ਗਰੰਟੀ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ 2 ਮਹੀਨੇ ਆ ਮਜ਼ਦੂਰਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਊਗਾ, ਦੂਜਾ ਆਹ ਜਿਹੜਾ ਮਤਲਬ ਕਰਜ਼ਾ ਦੇਣ ਵਾਲੀ ਗੱਲ ਆ ਇਹਨੂੰ ਤੁਸੀਂ ਕਿੰਨਾ ਕੁ ਜਸਟੀਫਾਈ ਕਰੋਗੇ? ਜਿਹੜਾ ਕਰਜ਼ੇ ਵਾਲੀ ਗੱਲ ਆਪਾਂ ਇੱਥੋਂ ਸ਼ੁਰੂ ਕਰ ਲਈਏ ਜੀ,
ठीक है देखने नूं सोहना लगता करजा जी, पर जे कोई भी कारोबार लई करजा लेना, कारोबार दी जो असी पैदा करना जी, उहदे लई बिक्री दा इंतजाम जिन्ना चिर नहीं हुंदा जी, तां करजे दा कोई मतलब नहीं जी। जे बिक्री हैगी आ, गाह गाहकी हैगी आ, करजा तां बंदा प्राइवेट तौर ते भी अरेंज कर लू जां थोड़ा कम शुरू कर लू जी जी, कोई सरकारी करजे दी उह च लोड़ नहीं है। वड्डी लोड़ आ जी ਵੀ ਜਿਹੜਾ ਕੁਛ ਉਹਨੇ ਪੈਦਾ ਕਰਨਾ ਕਰਜ਼ਾ ਲੈ ਕੇ ਜੀ, ਗਾਹਾਂ ਉਹਦਾ ਕੀ ਇੰਤਜ਼ਾਮ ਆ। ਹੁਣ ਤੁਸੀਂ ਦੇਖੋ ਆਹ ਸਬਜ਼ੀਆਂ ਜੀ, ਉਹ ਕਿਸਾਨਾਂ ਦੀਆਂ, ਹੁਣ ਕਣਕ ਤੋਂ ਬਿਨਾਂ ਹੋਰ ਸਬਜ਼ੀਆਂ ਸੀਗੀਆਂ, ਉਹਨਾਂ ਦੀ ਜਿਹੜੀ ਹੋਰ ਦਾ ਖਰਚੇ ਛੱਡੋ, ਉਹਨਾਂ ਦੀ ਜਿਹੜੀ ਤੜਾਈ ਦੀ ਲੇਬਰ ਪੂਰੀ ਨਹੀਂ ਹੋਈ ਜੀ। ਹੁਣ ਤੁਸੀਂ ਉਹਨੂੰ ਕਿਹਾ ਕਰਜ਼ਾ ਲੈ ਲਓ, ਕਰਜ਼ੇ ਨਾਲ ਕਰੂਗਾ ਕੀ? ਕਰੂਗਾ ਕੀ? ਮਾਰਚ ਲਿਆ ਨਾ, ਕਰਜ਼ੇ ਨਾਲ ਉਹਨੇ ਪੈਦਾਵਾਰ ਹੀ ਕਰਨੀ, ਪੈਦਾਵਾਰ ਤਾਂ ਆਲਰੇਡੀ ਉਹ ਕਰੀ ਬੈਠਾ ਜੀ। ਤੁਸੀਂ ਉਹਦੀ ਖਰੀਦ ਹੀ ਲਓ ਜੀ, ਗਵਰਨਮੈਂਟ ਕਹੇ ਵੀ ਅਸੀਂ ਖਰੀਦਦੇ ਹਾਂ, ਚਾਹੇ ਅਸੀਂ ਇਹਨੂੰ ਖੁਦ ਸਿੱਟੀਏ ਜੋ, ਚਾਹੇ ਕੋਲਡ ਸਟੋਰਾਂ 'ਚ ਲਾਈਏ, ਜੋ ਮਰਜ਼ੀ ਜਿੰਨੀ ਵੀ ਫਸਲ ਆ, ਮਤਲਬ ਕਣਕ ਤੋਂ ਲੈ ਕੇ ਜਿੰਨੀ ਵੀ ਫਸਲ ਆ, ਘੱਟੋ ਘੱਟ ਉਹਦਾ ਇੱਕ ਘੱਟੋ ਘੱਟ ਕੀਮਤ ਹੈ ਜਿਹੜੀ ਆਪਾਂ ਸਮਰਥਨ ਮੁੱਲ ਕਹਿੰਦੇ ਹਾਂ, ਉਹ ਜ਼ਰੂਰ ਮੈਚ ਦਿੱਤਾ ਜਾਵੇ ਕਿ ਸਰਕਾਰ ਘੱਟੋ ਘੱਟ ਇੰਨੇ ਮੁੱਲ 'ਤੇ ਇਹਨੂੰ ਜ਼ਰੂਰ ਖਰੀਦੂਗੀ। ਹਾਂ, ਚਾਹੇ ਸਰਕਾਰ ਨੂੰ ਘਾਟਾ ਪਏ, ਸਰਕਾਰ ਨੂੰ ਕਹੋ, ਪਰ ਕਿਸਾਨ ਨੂੰ ਨਹੀਂ ਪੈਣ ਦਿਆਂਗੇ ਜੀ। ਮਿਸਾਲ ਹੈ ਇੱਕ, ਉਹੀ ਹੈ ਵੀ ਜਦੋਂ ਤੁਸੀਂ ਉਹਦੀ ਵਿਕਰੀ ਦਾ ਪ੍ਰਬੰਧ ਨਹੀਂ ਕਰਨਾ ਜੀ, ਤਾਂ ਕਰਜ਼ਾ ਲੈ ਲਾ, ਫਿਰ ਤਾਂ ਉਹਨੇ ਕਰਜ਼ਾ ਥੱਲੇ ਦਬਣਾ ਹੀ ਆ ਜੀ। ਅਤੇ ਜਿਹੜੀ ਮੈਂ ਦੂਜੀ ਗੱਲ ਕੀਤੀ ਹੈ ਕਿ ਇਹਨਾਂ ਨੇ ਉਹ ਜਿਹੜੀ ਰਾਸ਼ਨ ਵਾਲੀ ਗੱਲ ਕੀਤੀ ਹੈ 2 ਮਹੀਨੇ, ਅਤੇ ਉਹਦੇ ਲਈ ਐਡੀ ਵੱਡੀ ਰਕਮ ਵੀ ਰੱਖੀ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਜਿਹੜੇ ਪੈਕੇਜ ਨੇ, ਪਹਿਲੀ ਗੱਲ ਤਾਂ ਪੈਕੇਜ ਉੱਦਣ ਹੀ ਖਬਰ ਹੁੰਦੀ ਆ, ਪੈਕੇਜ ਆ ਬਸ, ਉਹ ਤੋਂ ਬਾਅਦ ਪੈਕੇਜ ਪਤਾ ਨਹੀਂ ਕਿੱਧਰ ਜਾਂਦੇ। ਹਾਂ, ਜਿਵੇਂ ਕਾਂਗਰਸ ਵਾਲਿਆਂ ਨੇ ਕਿਹਾ ਵੀ ਪੱਟਿਆ ਪਹਾੜ 'ਤੇ ਨਿਕਲਿਆ ਚੂਹਾ। ਹੁਣ ਆਹ ਬਿਹਾਰ ਦੀਆਂ ਪਿਛਲੀਆਂ ਇਲੈਕਸ਼ਨਾਂ ਵੇਲੇ ਜੀ 125,000 ਕਰੋੜ ਦਾ ਇਹਨੇ ਪੈਕੇਜ ਐਲਾਨ ਕਰਿਆ ਸੀ। ਹਾਂ, ਵੇਖੋ ਉਹਦਾ ਕੀ ਬਣਿਆ। ਵਾਜਪਾਈ ਜਦੋਂ ਪ੍ਰਧਾਨ ਮੰਤਰੀ ਬਣ ਕੇ ਅੰਮ੍ਰਿਤਸਰ ਆਇਆ, ਉਦੋਂ ਵੀ ਪਤਾ ਨਹੀਂ ਉਹਨੇ ਕਿੰਨੇ ਲੱਖ ਦਾ ਪੈਕੇਜ ਐਲਾਨ ਕਰਿਆ ਸੀ ਜੀ, ਅਤੇ ਇਹ ਤਾਂ ਹੁਣ ਇੰਨੇ ਢੀਠ ਹੋ ਗਏ ਨੇ। ਅਤੇ ਵੀ ਆਹ ਅਮਿਤ ਸ਼ਾਹ ਦਾ ਬਿਆਨ ਸੀ ਜਦੋਂ ਬਤੌਰ ਪਾਰਟੀ ਪ੍ਰਧਾਨ ਜੀ, ਉਹਨੂੰ ਪੁੱਛਿਆ ਵੀ 15 ਲੱਖ ਤੁਸੀਂ ਕਹਿੰਦੇ ਇਹ ਖਾਤਿਆਂ ਜਮ੍ਹਾਂ ਕਰਾਵਾਂਗੇ, ਉਹ ਨਹੀਂ ਆਇਆ। ਉਹ ਤਾਂ ਕਹਿੰਦਾ ਮਹਾਰਾਜ ਚੋਣ ਜੁਮਲਾ ਥਾ ਜੀ, ਇਹ ਤਾਂ ਚੋਣ ਜੁਮਲਾ ਕਹਿੰਦੇ, ਇਹਨੂੰ ਮਿੰਟ ਨਹੀਂ ਲੱਗਦਾ, ਇਹਨੂੰ ਵੀ ਕਹਿ ਦੇਣਗੇ ਜੀ ਉਹ ਤਾਂ ਜੀ ਕਰੋਨਾ ਜੁਮਲਾ ਸੀ ਸਾਡਾ। ਦੇਖੋ, ਪਾਰਟੀ ਪ੍ਰਧਾਨ ਚੋਣ ਮਨੋਰਥ ਪੱਤਰ ਦੇ ਨਾਅਰੇ ਨੂੰ ਜੁਮਲਾ ਕਹੇ, ਅਤੇ ਆਪਾਂ ਹੋਰ ਇਹਨਾਂ ਤੋਂ ਕੀ ਆਸਰ ਕੀ ਆਸਰ ਕੀ ਆਸਰ ਠੀਕ ਹੈ। ਸੋ ਮੰਡਿਆਣੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਗੰਭੀਰ ਗੱਲਾਂ ਨੇ ਜਿਹੜੀਆਂ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ, ਅਤੇ ਉਮੀਦ ਕਰਦੇ ਹਾਂ ਕਿ ਅਸੀਂ ਇਹ ਪ੍ਰੋਗਰਾਮ ਆ ਜਿਹੜਾ ਇਹਨੂੰ ਹੁਣ ਨਿਰੰਤਰ ਤੁਹਾਡੇ ਰੂਬਰੂ ਪੇਸ਼ ਕਰਾਂਗੇ, ਅਤੇ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਹੜੀਆਂ ਇਸ ਸਮੇਂ ਦੇ ਵਿੱਚੋਂ, ਕਰੋਨਾ ਵਾਇਰਸ ਦੇ ਜਿਹੜੀ ਵਿਪਤਾ ਵਾ ਇਹਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਹ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਿਆ ਕਰਾਂਗੇ। ਸੋ ਮੰਡਿਆਣੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ। ਆਓ, ਉਦੋਂ ਤੱਕ ਲਈ ਲਈਏ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।